ਦੀ ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਅੱਜ ਫਿਰ ਤੋਂ ਸਵਾਗਤ ਹੈ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਹਿਣਾ ਤੇ ਅੱਜ ਦੁਬਾਰਾ ਤੋਂ ਲਗਾਤਾਰ ਤੁਹਾਨੂੰ ਬਰਕਰਾਰ ਰੱਖਦੇ ਹੋਏ ਸਾਡੇ ਨਾਲ ਹਾਜ਼ਰ ਨੇ ਪੰਮਾ ਬਾਈ ਜੀ, ਤੇ ਅੱਜ ਵੀ ਉਹਨਾਂ ਦੇ ਨਾਲ ਢੇਰ ਸਾਰੀਆਂ ਗੱਲਾਂ ਬਾਤਾਂ, ਢੇਰ ਸਾਰੇ ਵਿਚਾਰਾਂ ਦੀ ਸਾਂਝ ਪਾਵਾਂਗੇ ਤੇ ਬਹੁਤ ਸਾਰੇ ਗਾਣੇ ਸੁਣਾਂਗੇ ਜੀ, ਬਹੁਤ ਸਾਰੇ ਗਾਣੇ ਸੁਣਾਂਗੇ। ਫਿਰ ਜਦੋਂ ਭੂਮਿਕਾ ਚ ਕਿਆ ਹੋਵੇ ਨਾ, ਬੰਦਾ ਫਿਰ ਨਾ ਨੁਕਰ ਨਹੀਂ ਕਰਦਾ, ਸਾਰਾ ਕੁਝ ਮੈਂ ਕਰੂੰਗੀ ਤਾਂ ਤੁਸੀਂ ਕੀ ਕਰੋਗੇ। ਦੇਖੋ ਜੀ, ਸਾਡੇ ਨਾਲ ਪੰਮਾ ਡੂਮੇਵਾਲ ਬਾਈ ਨੇ ਜੀ, ਤੇ ਇਹਨਾਂ ਨੇ ਬਹੁਤ ਚੰਗੇ ਗੀਤ ਸੁਣਾਏ ਆ ਤੇ ਬਹੁਤ ਚੰਗੇ ਗੀਤ ਸੁਣਾਉਣੇ ਆ। ਇਹਨਾਂ ਨੇ ਗਾਏ ਚੰਗੇ ਤੇ ਸੁਣਾਉਣੇ ਵੀ ਚੰਗੇ ਆ ਵਾਕਈ। ਹੁਣ ਜੇ ਨਾ ਕਿਸੇ ਹੋਰ ਕਲਾਕਾਰ ਨਾਲ ਗੱਲ ਕਰੀਏ, ਸਾਰੇ ਤਾਂ ਨਹੀਂ ਇੱਕੋ ਜੇ ਕਿਉਂਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਪਰ ਜੇ ਉਹਨਾਂ ਨੂੰ ਕਹਿੰਦੇ ਨਾ ਕੋਈ ਪਰਿਵਾਰਕ ਗੀਤ ਸੁਣਾ ਦਈਏ, ਕਹਿਣਗੇ ਪਿਛਲੇ ਦਿਨੀ ਨਾ ਇੱਕ ਸਾਥੀ ਆਏ ਸੀ ਜਿਹੜੇ ਕਲਾਕਾਰ ਸਾਡੇ ਕੋਲ, ਉਹ ਕਹਿੰਦੇ ਬਾਈ ਜੀ ਇਹਨਾਂ ਨੇ ਵੀਹਾਂ ਪਿੱਛੇ ਗਾਉਣਾ ਹੀ ਇੱਕ ਚੰਗਾ ਲੋਕਾਂ ਦੇ ਤੇ ਕੀ ਯਕੀਨ ਕਰਨਾ ਕੱਲ ਨੂੰ ਫਿਰ ਕੋਈ ਕਰਤੂਤ ਕਰ ਦੂ ਇਹ, ਹਨਾ। ਇਸ ਕਰਕੇ ਨਾ ਬੰਦੇ ਨੂੰ ਆਪਦੀ ਪਛਾਣ ਬਣਾਉਣ ਦੇ ਲਈ ਲਗਾਤਾਰ ਉਹੋ ਜਿਹੀ ਮਿਹਨਤ ਕਰਨੀ ਪੈਂਦੀ ਜੀ। ਇਹ ਇੱਕ ਅੱਧੀ ਵਾਰ ਕੋਈ ਚੰਗਾ ਗੀਤ ਗਾਣ ਦੇ ਨਾਲ ਜੇ ਐ ਲੱਗੇ ਕਿ ਪਿਛਲੇ ਸਾਰੇ ਧੋਣੇ ਧੋਤੇ ਜਾਣਗੇ ਤਾਂ ਐ ਨਹੀਂ ਹੁੰਦਾ। ਹੁਣ ਇਉਂ ਨਹੀਂ ਹੁੰਦਾ ਕਿ ਗੁਰਪੁਰਬ ਦੇ ਮੌਕੇ ਤੁਸੀਂ ਧਾਰਮਿਕ ਗੱਲ ਕਰਤੀ ਜੀ, ਤੇ ਜਦੋਂ ਜਗਰਾਤੇ ਸ਼ੁਰੂ ਹੁੰਦੇ ਆ ਉਦੋਂ ਉਹੋ ਜਿਹਾ ਗੀਤ ਗਾਤਾ ਤੇ ਤੀਜੇ ਕਰਨ ਤੂੰ ਵੀ ਡੰਡਾ ਹੋਰ ਹੀ ਪਾ ਕੇ ਬਹਿ ਜਾਓ ਵੀ ਭਾਈ ਹੁਣ ਤਾਂ ਤੂੰ ਆਈ ਸੀ, ਤੂੰ ਗਈ ਸੀ, ਮੈਂ ਲਿਆਂਦੀ ਸੀ, ਮੈਂ ਛੱਡ ਗਿਆ ਸੀ, ਐ ਨਹੀਂ ਹੁੰਦਾ ਨਾ। ਤੇ ਮੁੜ ਕੇ ਦੋਸ਼ ਲੋਕਾਂ ਸਿਰ ਮੜ ਦੇਣਾ ਵੀ ਇਹ ਸੁਣਦੇ ਹੀ ਨਹੀਂ, ਅਸੀਂ ਤਾਂ ਚੰਗੇ ਗਾਏ ਸੀ ਵੀ ਜਦ ਜਿਹੜੀ ਪਛਾਣ ਬਣੀ ਹੋਈ ਹੈ, ਜਿਹੜੀ ਪਛਾਣ ਤੁਸੀਂ ਬਰਕਰਾਰ ਰੱਖ ਲਈ, ਲੋਕ ਫਿਰ ਉਸੇ ਪਛਾਣ ਦੇ ਨਾਲ ਜਾਣਦੇ ਨੇ, ਫਿਰ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਵੀ ਇਹ ਚੰਗਾ ਵੀ ਗਾ ਸਕਦਾ ਹੈ ਨਾ। ਸੋ ਚਲੋ ਖੈਰ, ਆਪਾਂ ਉਹਨਾਂ ਸਾਰਿਆਂ ਨੂੰ ਪਾਸੇ ਰੱਖਦੇ ਹਾਂ ਬਈ, ਇਹ ਚੰਗੀ ਗਾਇਕੀ ਦੇ ਰਾਹ ਦੇ ਉੱਤੇ ਤੁਰਦਿਆਂ ਜੀ ਕਿਸੇ ਬਜ਼ੁਰਗ ਨੇ ਜਿਹਦਾ ਚਿਹਰਾ ਝੁਰੜੀਆਂ ਦੇ ਨਾਲ ਭਰਿਆ, ਉਹਨੇ ਫੜ ਕੇ ਮੱਥਾ ਚੁੰਮਿਆ ਹੋਣਾ, ਕਿਸੇ ਮਾਤਾ ਨੇ ਹੱਥ ਚੁੰਮੇ ਹੋਣੇ ਆ, ਕਿਸੇ ਨੇ ਲੰਮੀ ਅਸੀਸ ਦਿੱਤੀ ਹੋਣੀ ਵੀ ਪੁੱਤ ਜਿਉਂਦਾ ਰਹਿ ਭੰਮਿਆ। ਕੋਈ ਇਹੋ ਜਿਹੀ ਉਦਾਹਰਨ ਸਾਂਝੀ ਕਰੋ ਜੇ ਹੈ ਤਾਂ। ਬਿਲਕੁਲ ਭਾਅ ਜੀ, ਨਵਾਂ ਸ਼ਹਿਰ ਦੇ ਕੋਲ ਪਿੰਡ ਆ, ਉਹ ਖੇਤਾਂ 'ਚ ਪ੍ਰੋਗਰਾਮ ਸੀਗਾ ਅਤੇ 2 ਘੰਟੇ 2.5 ਘੰਟੇ ਅਸੀਂ ਉੱਥੇ ਲਾਏ, ਅਤੇ ਜਿਸ ਤਰ੍ਹਾਂ ਮੇਰੀ ਆਦਤ ਹੈਗੀ, ਉਹ ਕਹਿੰਦੇ ਪ੍ਰਸ਼ਾਦਾ ਛੱਕ ਕੇ ਜਾਇਆ ਜੀ, ਤੁਹਾਨੂੰ ਉਸ ਦਿਨ ਵੀ ਬੇਨਤੀ ਕੀਤੀ ਸੀ ਕਿ ਘਰੇ ਤੁਸੀਂ ਪ੍ਰਸ਼ਾਦਾ ਛੱਕ ਕੇ ਜਾਣਾ। ਮਹਾਂ ਧੰਨ ਭਾਗ ਸਾਡੇ ਭਾਈ, ਘਰੇ ਮਿਲੇ ਨਾ ਮਿਲੇ ਤੁਸੀਂ ਸਬਜ਼ੀਆਂ ਨਾਲ ਖਾਣੀਆਂ ਵਾ ਖਾ ਕੇ ਜਾਵਾਂਗੇ। ਉਹ ਮਜੀਸ਼ੀਅਨ ਵੀਰ ਉੱਧਰ ਬਹਿ ਗਏ ਅਤੇ ਉਹ ਮਾਤਾ ਮੈਨੂੰ ਕਹਿੰਦੀ ਪੇ ਆਪਣੀਆਂ ਵੋਟੀਆਂ ਨੂੰ ਕਹਿ ਰਹੀ ਪੰਮੇ ਨੂੰ ਪ੍ਰਸ਼ਾਦਾ ਮੈਂ ਬਣਾ ਕੇ ਛਕਾਉਣਾ, ਅਤੇ ਮੈਨੂੰ ਬੜਾ ਹੋਇਆ ਹੈ ਨਾ ਮੇਰੇ ਦਿਲ 'ਚ ਅਦਬ। ਅਤੇ ਉਹ ਬੇਬੇ ਨੇ ਤੁਸੀਂ ਯਕੀਨ ਮੰਨਿਓ, ਉਮਰ ਹੋ ਗਈ 70 ਸਾਲ, ਮੈਨੂੰ ਆਪਣੇ ਹੱਥੀਂ ਪ੍ਰਸ਼ਾਦਾ ਛਕਾਇਆ, ਕਹਿੰਦੀ ਜਿਹੜੀਆਂ ਗੱਲਾਂ ਤੂੰ ਉੱਥੇ ਸੁਣਾਈਆਂ ਨਾ ਪੁੱਤ, ਮੈਨੂੰ ਇੱਦਾਂ ਲੱਗਿਆ ਇੱਦਾਂ ਹੋਇਆ ਵੀ ਜੇ ਇਸ ਗੱਲ 'ਤੇ ਲੋਕ ਉਤਰੇ ਆਉਣ, 100 ਚੋਂ 10% ਵੀ ਅਸਰ ਕਰਨ ਲੱਗਣ ਤਾਂ ਕਿਸੇ ਦਾ ਪੁੱਤ ਚਿੱਟੇ ਦੇ ਰਾਹ 'ਤੇ ਨਾ ਪਵੇ, ਕਿਸੇ ਦਾ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ। ਅਤੇ ਜਿਸ ਤਰ੍ਹਾਂ ਉਹਨੂੰ ਤੁਸੀਂ ਕਹਿੰਦੇ ਮੈਨੂੰ ਗਾਲ ਨਾਲ ਲੈ ਕੇ, ਅਤੇ ਬਾਅਦ 'ਚੋਂ ਪਤਾ ਨਹੀਂ ਘਰਦਿਆਂ ਤੋਂ ਚੋਰੀ ਉਹਨੇ ਮੈਨੂੰ 500 ਰੁਪਇਆ ਦਿੱਤਾ, ਉਹ ਮੇਰੇ ਕੋਲ ਅਜੇ ਵੀ ਸੰਭਾਲਿਆ, ਜਿੱਥੇ ਮੈਂ ਸਵੇਰੇ ਹੈ ਨਾ ਗੁਰੂ ਨਾਨਕ ਸਾਹਿਬ ਨੂੰ ਕਰੀਦਾ ਅਸੀਸ ਝੁਕਾਈ ਦਾ ਉਹਨਾਂ ਦਾ ਹੈ ਨਾ, ਅਤੇ ਮੈਂ ਉੱਥੇ ਉਹ ਬੇਬੇ ਦਾ ਦਿੱਤਾ ਹੋਇਆ 500 ਰੁਪਇਆ ਰੱਖਿਆ। ਉਹ ਕਿੱਡੇ ਉਹਨੇ ਆਦਬ ਕਿੱਡੇ, ਐਕਚੁਅਲੀ ਉਹ ਮੇਰੇ ਲਈ ਮੈਨੂੰ ਲੱਗਦਾ ਅਸਲੀ ਮੇਰੀ ਪ੍ਰੋਪਰਟੀ ਉਹ ਹੈ, ਹੋਰ ਭਾਵੇਂ ਲੱਖਾਂ ਹਜ਼ਾਰਾਂ 'ਚ ਇਕੱਠੇ ਹੋ ਜਾਣ ਬੈਂਕ ਬੈਲੈਂਸ, ਪਰ ਜਿਹੜਾ ਉਹ ਬੇਬੇ ਦਾ ਦਿੱਤਾ ਹੋਇਆ ਅਰਬਾਂ ਖਰਬਾਂ ਵਾਲਾ, ਉਹ ਮਰਦੇ ਦਮ ਤੱਕ ਉਹ ਨਾਲ ਹੈ, ਔਰ ਉਹ ਅਸੀਸ ਜਦੋਂ ਤੱਕ ਵੀ ਗਾਵਾਂ। ਤੁਸੀਂ ਚੰਗਾ ਗਾਉਣ ਦੇ ਕਿੰਨੇ ਪੈਸੇ ਲੈਂਦੇ ਹੋ ਜਿਹੜੇ ਇੱਕ ਵਿਆਹ ਦਾ ਪ੍ਰੋਗਰਾਮ ਕਰਦੇ ਹੋ? ਭਾਅ ਜੀ ਮੈਂ ਪਹਿਲਾਂ ਵੀ ਦੱਸਿਆ, ਲੋਕਲ ਹੋਵੇ ਮੇਰੇ ਏਰੀਏ ਤੋਂ ਇਰਦ ਗਿਰਦ, ਮੈਂ ਲੈਣਾ 70,000 ਰੁਪਇਆ, ਉਹਦੇ 'ਚ 20,000 ਰੁਪਇਆ ਸਾਊਂਡ ਵਾਲਾ, 20 ਤੋਂ 25,000 ਰੁਪਇਆ ਜਿਹੜੇ ਨਾਲ ਭਰਾ 14 ਜਣੇ ਜੁੜੇ ਵੇ, ਮੈਂ ਆਪਣਾ ਦੇਖਦਾ ਹੁੰਦਾ, ਮੈਨੂੰ 20,000 ਬਚਦਾ, ਠੀਕ ਆ ਬਹੁਤ ਵਧੀਆ ਸਕੂਨ ਹੈ। ਦੂਰ ਮੇਲਿਆਂ ਦਾ, ਮੇਲਿਆਂ ਦਾ ਵੀ ਜੇ ਅਗਲੇ ਨੇ ਸਾਊਂਡ ਕੀਤੀ ਹੋਵੇ ਤਾਂ ਅਗਲੇ ਨੂੰ ਕਹਿ ਦੇਈਦਾ 60,000 ਰੁਪਇਆ ਦੇ ਦਿਓ ਜੀ, ਕਿਉਂਕਿ ਉਹ ਟਰਾਂਸਪੋਰਟੇਸ਼ਨ ਦਾ ਪੈ ਜਾਂਦਾ ਜੀ, ਆਪਾਂ ਨੂੰ 20,000 ਰੁਪਇਆ ਬਚ ਰਿਹਾ, ਠੀਕ ਹੈ। ਔਰ ਮੈਂ ਤੁਹਾਨੂੰ ਸੱਚ ਦੱਸਦਾ, ਜਦੋਂ ਆਪਾਂ 2016 'ਚ ਮੋੜੀ ਬਾਬਾ ਗੀਤ ਕੀਤਾ, ਇਹ 'ਚ ਕੋਈ ਸ਼ੱਕ ਨਹੀਂ ਹੈ ਨਾ, ਪਿੰਕੀ ਧਾਲੀਵਾਲ ਸਾਹਿਬ ਉਹਨਾਂ ਨੇ ਇਸ ਅਮਰਾੜੀ ਉਹਨਾਂ ਨੇ ਖਰਚਾ ਕੀਤਾ, ਔਰ ਮੈਂ ਉਹਨਾਂ ਦਾ ਕਰਜ਼ਾ ਹੀ ਹਾਂ, ਕਿਉਂਕਿ ਚੰਗੇ ਗੀਤ ਲੋਕਾਂ ਦੇ, ਹੋ ਸਕਦਾ ਮੈਂ ਜੇ ਉਹਨਾਂ ਦਾ ਕਰਜ਼ਾ ਨਹੀਂ ਮੋੜ ਸਕਿਆ। ਚੰਗੇ ਗੀਤ ਭਾਅ ਜੀ ਮੋਹਰੇ ਲਿਆਉਣੇ ਬੜੇ ਔਖੇ ਨੇ ਜ਼ਰੀਆ, ਔਰ ਉਹ ਤੋਂ ਪਹਿਲਾਂ ਇਹ ਸੀਗਾ ਕਿ ਲੋਕਾਂ ਨੇ ਮੈਨੂੰ ਫੇਸਬੁੱਕ ਦੇ ਜ਼ਰੀਏ ਹੈ ਨਾ ਸੋਸ਼ਲ ਮੀਡੀਆ 'ਤੇ ਸੁਣਨਾ ਸ਼ੁਰੂ ਕਰ ਦਿੱਤਾ ਸੀਗਾ ਉਹ ਗੀਤ। ਇਹਨਾਂ ਗੀਤਾਂ ਜੇ ਆਪਾਂ ਕੋਈ ਵਧੀਆ ਮੈਸੇਜ ਵਾਲਾ ਗੀਤ ਦਿੰਦੇ ਹਾਂ ਨਾ, ਤਾਂ ਇਹਨਾਂ ਤੋਂ ਇਹ ਨਹੀਂ ਵੀ ਆਹ ਗੀਤ ਦਿੱਤਾ ਅਤੇ ਪੰਮੇ ਦਾ ਰੇਟ 30,000 ਚੜ੍ਹ ਗਿਆ, ਪੰਮੇ ਦਾ 50,000 ਚੜ੍ਹ ਗਿਆ, ਇਹ ਹੋਏ ਨਹੀਂ ਸਕਦਾ ਭਾਅ ਜੀ, ਇਹ ਸੱਚ ਆ। ਪਰ ਉਹ ਲੋਕਾਂ 'ਚ ਇੱਕ ਤੁਹਾਡਾ ਫਿਰ ਆ ਜਾਂਦਾ ਵੀ ਮੁੰਡਾ ਫਿਰ ਆਇਆ, ਹਿੰਮਤ ਕੀਤੀ ਹੈ, ਨਹੀਂ ਤਾਂ ਹੋਰ ਵੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਨਾ ਕੋਸ਼ਿਸ਼ ਕਰਦੇ ਨੇ ਕਲਾਕਾਰ, ਉਹ ਇੱਕ ਗੀਤ ਕਰਕੇ ਜੇ ਮੁੜ ਕੇ ਕਹੀਏ ਵੀ 2 ਸਾਲ ਆਪਾਂ ਕੁਝ ਕੀਤੇ ਨੇ, ਔਰ ਮੇਰੀ ਕੋਸ਼ਿਸ਼ ਹੈ ਕਿ 3-4 ਮਹੀਨੇ ਬਾਅਦ ਪ੍ਰੋਗਰਾਮਾਂ 'ਚੋਂ ਜੇ ਮੈਂ 20 ਬਚਦਾ ਤਾਂ 5-5 ਕੱਢ ਕੇ ਅਲੱਗ ਰੱਖੀ ਜਾਵਾਂ, ਉਹ ਅਸਲ ਹੈ ਨਾ, ਉਹ ਮੈਂ ਇੱਦਾਂ ਹੀ ਸਿਸਟਮ ਕਰਦਾ ਜਿੰਨਾ ਕੁ ਮੇਰੇ 'ਚ ਹੈਸੀਅਤ ਹੈ ਵੀ ਆਹ ਅਗਲੇ ਗੀਤ ਲਈ ਆਪਾਂ
ਉਹਨਾਂ ਵੱਲੋਂ ਆਏ ਜਿਹੜੇ ਸੁਣਦੇ ਨੇ ਉਹਨਾਂ ਦੇ ਦਿੱਤਾ ਪੈਸਾ ਆਪਾਂ ਉਹਨਾਂ ਲਈ ਫੇਰ ਰਿਟਰਨ ਕਰ ਦੇਣਾ ਜੀ ਮੁੜ ਕੇ। ਸੋ ਇਹ ਹਮੇਸ਼ਾ ਕੋਸ਼ਿਸ਼ ਮੇਰੀ, ਮੈਂ ਤੁਹਾਡੇ ਕੋਲੋਂ ਜਿਹੜਾ ਪ੍ਰੋਗਰਾਮ ਦਾ ਮੁੱਲ ਪੁੱਛਿਆ ਨਾ ਉਹਦਾ ਕਾਰਨ ਇਹ ਸੀਗਾ ਜੀ, ਅਸਲ ਦੇ ਵਿੱਚ ਵੀ ਜਿਹੜੇ ਦੋ ਅਰਥੇ ਜੇ ਗਾਉਂਦੇ ਆ, ਜਿਹੜੇ ਸਾਡੀ ਸਟੇਜ ਦੇ ਉੱਤੇ ਆ ਕੇ ਸਾਡੀਆਂ ਕੁੜੀਆਂ ਵੱਲ ਉਂਗਲਾਂ ਕਰਕੇ ਉਹਨਾਂ ਦੇ ਉੱਤੇ ਵਿਅੰਗ ਜੇ ਕੱਸਦੇ ਆ, ਉਹ ਕਈ 10-10 ਲੱਖ ਰੁਪਈਆ ਲੈਂਦੇ ਆ। ਇਹ ਚੰਗਾ ਸੁਣਨ ਦਾ ਮੁੱਲ ਅਦਾ ਕਰਿਆ ਕਰੋ, ਇਹ ਬਹੁਤ ਘੱਟ ਪੈਸੇ ਲੈਂਦੇ ਆ। ਉਦਾਂ ਇੱਕ ਚੀਜ਼ ਮੈਨੂੰ ਜ਼ਰੂਰ ਦੱਸਿਓ, ਹੋ ਸਕਦਾ ਕਈਆਂ ਨੂੰ ਇਹ ਸਵਾਲ ਪਸੰਦ ਨਾ ਆਵੇ, ਪਰ ਅਸੀਂ ਜਦੋਂ ਜਿਹੜਾ ਕੋਈ ਦੋ ਅਰਥਾ ਗੀਤ ਗਾਉਂਦਾ ਉਹਨੂੰ ਤਾਂ 10 ਲੱਖ ਵੀ ਦਿੰਦੇ ਹਾਂ, 9 ਲੱਖ ਵੀ ਦਿੰਦੇ, 12 ਲੱਖ ਵੀ ਦਿੰਦੇ ਹਾਂ, ਪਰ ਜਦੋਂ ਚੰਗੇ ਗੀਤਾਂ ਦੇ ਲਈ ਤੁਸੀਂ 60-70 ਹਜ਼ਾਰ ਮੰਗਦੇ ਹੋ, ਲੋਕ ਉਦੋਂ ਕਿੰਤੂ ਕਰਦੇ ਨੇ ਕਿ ਖੁਸ਼ੀ ਖੁਸ਼ੀ ਦੇ ਦਿੰਦੇ ਨੇ? ਕਹਿੰਦੇ ਤਾਂ ਨਹੀਂ ਵੀ 70 ਨਹੀਂ ਬਈ, 65 ਕਰ ਲਾ 52 ਕਰ ਲਾ, ਕਿਤੇ ਸਰਪੰਚ ਦਾ ਫੋਨ ਕਰਾ ਦਿੰਦੇ ਹੋਣ। ਇਹ ਪੰਜਾਬੀਆਂ ਦੇ ਖੂਨ 'ਚ ਹੈ ਭਾਜੀ, ਇਹ ਕਦੇ ਹੋ ਨਹੀਂ ਸਕਦਾ, ਬਾਰਗੇਨਿੰਗ ਕੁਛ ਵੀ ਸਿਸਟਮ, ਪਰ ਕੁਛ ਹੈਗੇ ਜਿਹੜੇ ਬਾਹਰੋਂ ਜਿਸ ਤਰ੍ਹਾਂ ਬਹੁਤ ਹੈ, ਤੁਸੀਂ ਯਕੀਨ ਮੰਨਿਓ, ਮੈਲਬੋਰਨ ਪਿਛਲੇ ਸਾਲ ਮੈਂ ਟੂਰ 'ਤੇ ਗਿਆ, ਇੱਕ ਭੈਣ 300 ਕਿਲੋਮੀਟਰ 'ਤੇ ਪ੍ਰੋਗਰਾਮ ਸੁਣਨ ਆਈ, ਔਰ ਬਕਾਇਦਾ ਬਾਅਦ 'ਚੋਂ ਸਟੇਜ ਦੇ ਬੈਕ ਸਾਈਡ 'ਤੇ ਮਿਲੀ ਵੀ ਭਾਅ ਜੀ, ਉਹਨੇ ਸਾਰਾ ਦੱਸਿਆ, ਤੁਹਾਡੇ ਲੋਕ ਤਾਥਾ ਦੇਖੋ ਮੇਰੇ ਫੋਨ 'ਚ ਆ, ਮੈਂ ਬਕਾਇਦਾ ਤੁਹਾਡੇ ਲਈ 2 ਦਿਨ ਦੀ ਜੋਬ ਛੱਡੀ ਆ, ਪਰ ਸੁਣਨਾ ਤੇਰੀਆਂ ਗੱਲਾਂ ਸੀਗੀਆਂ, ਉੱਥੋਂ ਮੈਂ 300 ਕਿਲੋਮੀਟਰ ਤੋਂ ਚੱਲ ਕੇ ਆਈ ਤੇ ਉਹ ਮੈਨੂੰ ਹੋਇਆ ਵੀ ਨਹੀਂ। ਪੈਸੇ ਬੇਸ਼ੱਕ ਟਹਿਣਾ ਸਾਹਿਬ ਆਪਣੇ ਕੋਲ ਹੋਰ ਕਲਾਕਾਰਾਂ ਨਾਲੋਂ ਬੈਂਕ ਬੈਲੈਂਸ ਘੱਟ ਹੋ ਜੂ, ਗੱਡੀਆਂ ਬਹੁਤੀਆਂ ਵੱਡੀਆਂ, ਵੈਸੇ ਮਾਲਕ ਦੀ ਕਿਰਪਾ ਹੈ, ਫਿਲਹਾਲ ਤੇਲ 'ਚ ਪਈ ਜਾਂਦਾ, ਵੱਡੀਆਂ ਨਹੀਂ ਲੈ ਹੋਈਆਂ, ਕਿਉਂਕਿ ਅੱਜ ਕੱਲ੍ਹ ਦੇਖਿਆ ਜਾਂਦਾ ਕਲਾਕਾਰ ਵਿਆਹ 'ਤੇ ਵੀ ਆਇਆ, ਅੱਛਾ ਕੋਟ ਪੈਂਟ ਕਿਹੜੀ ਕੰਪਨੀ ਦਾ ਪਾਇਆ ਸੀਗਾ, ਬੂਟ ਕਿਹੜੇ ਸੀਗੇ, ਅੱਛਾ ਘੜੀ ਹੱਥ 'ਤੇ ਕਿਹੜੀ, ਉਹ ਸੁਣਾ ਕੇ ਕੀ ਜਾਣਾ, ਇਹ ਸੱਚ ਆ, ਕਿਉਂਕਿ ਸਾਡੀ ਸੁਸਾਇਟੀ ਇੱਦਾਂ ਦੀ ਹੋ ਗਈ, ਜਿਹੜੇ ਲੋਕ ਕਹਿੰਦੇ ਅਸੀਂ ਪੜ੍ਹੇ ਲਿਖੇ ਹਾਂ ਉਹ ਤੁਹਾਡੇ ਲੀੜੇ ਹੀ ਦੇਖਦੇ ਰਹਿਣਗੇ, ਤੇ ਬੰਦੇ ਨੇ ਸਟੇਜ 'ਤੇ ਗਾ ਹੋਵੇ ਨਾ। ਹਾਂਜੀ, ਪਰ ਮੈਂ ਉਸ ਚੀਜ਼ ਤੋਂ ਬਿਲਕੁਲ ਦੂਰ ਹਾਂ, ਆਪਾਂ ਤਾਂ ਵਿਆਹ 'ਤੇ ਗਏ ਜੇ ਕੋਟ ਪੈਂਟ 4000 ਵਾਲਾ ਵੀ, ਪਰ ਮੈਨੂੰ ਇੱਦਾਂ ਹੁੰਦਾ ਵੀ ਯਾਰ ਜੇ ਆਪਾਂ ਗਏ ਹਾਂ ਇਹਨਾਂ ਤੋਂ 70 ਲਿਆ ਜਾਂ 80 ਲਿਆ, ਪਰ ਮੈਂ ਮੁੱਲ ਇਹਨਾਂ ਲਈ ਮੋੜ ਕੇ ਚੱਲਿਆ, 2-2.5 ਘੰਟੇ ਖੂਨ ਪਸੀਨੇ ਦੀ, ਉਹੀ ਮੇਰੇ ਘਰ ਆਵੇ, ਉਹ ਮੇਰੇ ਹੱਕ ਸੱਚ। ਸੋਹਣੀ ਗੱਲ ਹੈ ਇਹ, ਦੇਖੋ ਗਾਉਣਾ ਕੋਟ ਨੇ ਨਹੀਂ, ਗਾਉਣਾ ਪਿੰਡ ਨੇ ਨਹੀਂ, ਗਾਉਣਾ ਬੂਟ ਨੇ ਨਹੀਂ, ਠੀਕ ਹੈ, ਗਾਉਣਾ ਹੈਗਾ ਇੱਥੋਂ। ਹਰਮਨ ਜੀ, ਇੱਕ ਵੱਡੀ ਗੱਲ ਇਹ ਵੀ ਹੈ, ਅੱਜ ਕੱਲ੍ਹ ਸਾਰਿਆਂ ਨੂੰ ਭੁਲੇਖਾ, ਗੀਤ ਹਿੱਟ ਦੇਣਾ ਇੱਕ ਅਲੱਗ ਗੱਲ, ਟਹਿਣਾ ਸਾਹਿਬ ਤੁਹਾਡੇ 2 ਗੀਤ ਹਿੱਟ ਆ ਗਏ, ਚਲੋ ਤੁਸੀਂ ਕਮਰਸ਼ੀਅਲ ਕਰਕੇ ਇਹ ਵੋ ਕਰਕੇ ਕਰ ਲਿਆ, ਸਟੇਜ 'ਤੇ 2.5 ਘੰਟੇ ਗਾਉਣਾ ਆ, ਵਿਊਜ਼ ਵੀ ਬਣਾ ਲਏ, ਹਿੱਟ ਵੀ ਹੋ ਗਏ, ਅਤੇ ਉੱਥੇ 3 ਗੀਤਾਂ ਨਾਲ ਤਾਂ ਟਾਈਮ ਨਿਕਲਣਾ ਨਹੀਂ। ਸਹੀ ਹੈ, ਇਹ ਕਈ ਜਿਹੜੇ ਮਤਲਬ ਬੌਂਡ ਕਰ ਲੈਂਦੇ, ਇਹ ਬਹੁਤ ਵੱਡਾ ਸਿਸਟਮ ਹੈਗਾ ਇਹ ਗੱਲ ਦਾ, ਵੀ ਕਾਮਯਾਬ ਤਾਂ ਉਹੀ ਹੋਊਗਾ ਜਿਹਨੂੰ ਸਟੇਜ 'ਤੇ ਖੜ ਕੇ ਮੇਲੇ ਤਾਂ, ਕਿਉਂਕਿ ਹੁਣ ਪ੍ਰੋਗਰਾਮ 'ਚੋਂ ਪ੍ਰੋਗਰਾਮ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਤੁਹਾਨੂੰ ਸੱਦਣਗੇ, ਹਿੱਟ ਗੀਤ ਦੇ ਤਾਂ ਲੋਕਾਂ ਨੂੰ ਸਾਲ 'ਚ ਪ੍ਰੋਗਰਾਮ ਤੁਹਾਨੂੰ 2 ਨਹੀਂ ਪਏ, ਤੁਸੀਂ ਭਾਵਾਂ ਜਿੰਨਾ ਮਰਜ਼ੀ ਦੱਸੀ ਜਾਓ ਜੀ ਮੈਂ 5 ਲੱਖ ਨੂੰ ਗਾਉਣਾ, ਮੈਂ 10 ਲੱਖ ਨੂੰ ਗਾਉਣਾ। ਫਿਰ ਨਾ ਹੁਣ ਇੱਕ ਨਵਾਂ ਰਿਵਾਜ ਚੱਲਿਆ, 5-5-6-6 ਜਣੇ ਜਾਂਦੇ ਆ, ਵੀ ਇੱਕ ਤੇਰਾ ਚੱਲਿਆ, ਇੱਕ ਮੇਰਾ ਚੱਲਿਆ, ਕਿਹੜਾ ਨੇ ਚੱਲਿਆ, ਇਕੱਠੇ ਹੋ ਕੇ ਚੱਲ ਗਏ, ਹੈਂ, ਏਦਾਂ ਨਹੀਂ ਹੁੰਦਾ ਗਾ ਬਾਈ, ਆਪ ਸਿੱਖੋ ਤੇ ਲੋਕ ਤੱਥ ਕੋਈ ਪੇਸ਼ ਕਰ ਲਓ। ਹੋ ਪਲਾਂ ਕਿਹੜਾ ਡਕਲੂਗਾ, ਵਰਦਾ ਮੇਗ ਪਾਣੀ ਦਾ ਵੇਗ, ਪਿੱਛੇ ਜੇ ਸਰਵੇ ਹੋਇਆ ਟਹਿਣੇ ਸਾਹਿਬ, ਕਹਿੰਦੇ 2030 'ਚ ਪੰਜਾਬ ਨੇ ਰਾਜਸਥਾਨ ਬਣ ਜਾਣਾ, ਲੋਕਾਂ ਨੇ ਪਿਆਸੇ ਮਰਨਾ, ਦੇਖੋ ਕੁਦਰਤ ਵਾਲਾ ਕਿੱਡਾ ਬਲਵਾਨ ਹੈ, ਉਹਨੇ 2 ਦਿਨ ਰੈਗੂਲਰ ਮੀਂਹ ਲਾਇਆ, ਜੇ 3ਜਾ ਦਿਨ ਲਾ ਦੇਣਾ ਸਾਹਿਬ ਨੇ ਡੁੱਬ ਕੇ ਮਰਨਾ ਸੀ, ਉਹ ਤਾਂ ਡਰੀਏ ਹੈ ਨਾ, ਉਹਦੀਆਂ ਉਹੀ ਹੋ ਜਾਣਦਾ। ਪਲਾਂ ਕਿਹੜਾ ਡੱਕ ਲੂਗਾ, ਵਰਦਾ ਮੇਗ ਪਾਣੀ ਦਾ ਵੇਗ, ਮੌਤ ਦੀ ਰਾਣੀ ਮਿਟਾਇਆ ਕਦੇ ਮਿਟਣੀ ਨਾ, ਖੁਦਾ ਦੀ ਹਸਤੀ ਸੂਰਜ ਦੀ ਸ਼ਕਤੀ, ਅੰਬਰ ਚੋਂ ਪਾਣੀ ਮਿਟਾਇਆ ਕਦੇ ਮਿਟਣੀ ਨਾ, ਖੁਦਾ ਦੀ ਹਸਤੀ ਸੂਰਜ ਦੀ ਸ਼ਕਤੀ, ਅੰਬਰ ਚੋਂ ਪਾਣੀ, ਉਹ ਬੜਾ ਦਿਲ ਨੂੰ ਦੁੱਖ ਦਿੰਦੇ, ਬੜਾ ਦਿਲ ਨੂੰ ਦੁੱਖ ਦਿੰਦੇ, ਹਰਾਮੀ ਬੰਦੇ ਲੰਗੋਟਿਓਂ ਗੰਦੇ, ਢਿੱਡੋਂ ਜੋ ਖੋਰੀ ਜੇਲਾਂ ਦਾ ਰਾਵ ਖਾਉਂਦੇ ਨੇ, ਜਨਤਾ ਦੇ ਚੰਦੇ ਕੀਤੇ ਕੰਮ ਮੰਦੇ, ਚੋਰੀ ਨੂੰ ਮੋਰੀ ਭੁਲਾਇਆ ਕਦੇ ਭੁੱਲਦੀ ਨਾ, ਮਾਰੀ ਠੱਗੀ ਦਿਲੀ ਗੱਲ ਲੱਗੀ ਪ੍ਰੇਮ ਕਹਾਣੀ, ਓ ਮਿਟਾਇਆ ਕਦੇ ਮਿਟਣੀ ਨਾ, ਖੁਦਾ ਦੀ ਹਸਤੀ ਸੂਰਜ ਦੀ ਸ਼ਕਤੀ, ਅੰਬਰ ਚੋਂ ਪਾਣੀ, ਓ ਜਿੰਦ ਸਵਾੜਾ ਜੀ ਨੇ ਲਿਖੇ ਜੀ, ਬਹੁਤ ਕਮਾਲ, ਜਿੰਦ ਸਵਾੜਾ ਤੁਹਾਡਾ ਪੰਜਾਬੀ ਗੀਤਕਾਰੀ 'ਚ ਬੜਾ ਵੱਡਾ ਨਾਂ, ਸਤਿਕਾਰ ਯੋਗਦਾਨ। ਪੰਮਾ ਬਾਈ ਜੀ, ਇੱਕ ਸਭ ਤੋਂ ਵੱਡਾ ਸਵਾਲ ਜਿਹੜਾ ਆਮ ਤੌਰ 'ਤੇ ਅਸੀਂ ਕਈ ਜਿਹੜੇ ਗਾਇਕ ਇੱਥੇ ਆਉਂਦੇ ਨੇ, ਜਿਹੜੇ ਫਨਕਾਰ ਇੱਥੇ ਆਉਂਦੇ ਨੇ, ਉਹਨਾਂ ਨੂੰ ਕਰਦੇ ਹਾਂ,
ਤੇ ਉਹਦਾ ਜਵਾਬ ਕਦੇ ਵੀ ਸਾਨੂੰ ਜੋ ਹੋਣਾ ਚਾਹੀਦਾ ਸੰਤੁਸ਼ਟੀਜਨਕ ਉਹ ਕਦੇ ਨਹੀਂ ਮਿਲਿਆ, ਪਰ ਤੁਸੀਂ ਉਹ ਜਵਾਬ ਬਹੁਤ ਵਧੀਆ ਢੰਗ ਨਾਲ ਦੇ ਸਕਦੇ ਹੋ। ਅਕਸਰ ਇਹ ਗੱਲ ਕਹੀ ਜਾਂਦੀ ਹੈ ਕਈ ਗਾਇਕਾਂ ਵੱਲੋਂ ਕਿ ਅਸੀਂ ਚੰਗਾ ਤਾਂ ਨਹੀਂ ਗਾਉਂਦੇ ਕਿਉਂਕਿ ਕੰਪਨੀਆਂ ਵਾਲੇ ਸਾਨੂੰ ਰਿਲੀਜ਼ ਨਹੀਂ ਕਰਦੇ, ਕੰਪਨੀਆਂ ਵਾਲੇ ਫਿਰ ਸਾਡੇ ਕੋਲ ਨੱਕ ਮੂੰਹ ਚੜਾਉਂਦੇ ਨੇ ਵੀ ਇਹ ਗਾਣਾ ਅਸੀਂ ਨਹੀਂ ਲੈਣਾ, ਇਹ ਗਾਣੇ ਨੂੰ ਅਸੀਂ ਨਹੀਂ ਲੋਕਾਂ 'ਚ ਰੱਖਣਾ, ਇਹ ਸੁਣਯੋਗ ਨਹੀਂ ਜੀ। ਤੇ ਜਦੋਂ ਤੁਸੀਂ ਜਾਂਦੇ ਹੋ ਕੀ ਕੰਪਨੀਆਂ ਵਾਕਈ ਐਵੇਂ ਕਰਦੀਆਂ ਨੇ ਜਾਂ ਹੱਸ ਕੇ ਅੱਜ ਸਵੀਕਾਰ ਕਰਦੀਆਂ? ਹਰਮਨ ਜੀ, ਮੇਰਾ ਤਾਂ ਇਹ ਸੱਚ ਹੈ, ਜਿਹੜੇ ਪਹਿਲਾਂ ਗੀਤ ਦਿੱਤੇ ਮੈਂ, ਮੋੜੀ ਵੇ ਮੋੜੀ ਬੋਬਾ, ਸੱਚੇ ਬੋਲ, ਮਾਪੇ, ਉਹ ਅਸੀਂ ਅਮਰਾਡੀਓ ਤੋਂ ਦਿੱਤੇ। ਮੇਰਾ ਇਹ ਸੱਚ ਹੈ ਟਹਿਣਾ ਸਾਹਿਬ ਕਿ ਮੈਨੂੰ ਜੇ ਮੈਂ ਵੀਡੀਓ ਕਰ ਲਾਂ ਤਾਂ ਕੰਪਨੀ ਤੋਂ ਐਡ ਮਿਲ ਜਾਂਦੀ ਹੈ, ਜੇ ਆਪਾਂ ਕਹਿ ਦਈਏ ਵੀਡੀਓ ਉਹ ਕਰ ਲੈਣਗੇ ਤਾਂ ਐਡ ਆਪਣੇ ਚੈਨਲ, ਹਾਂਜੀ ਰਲ ਮਿਲ ਕੇ, ਹਾਂਜੀ ਕਿਉਂਕਿ ਲੋਕ ਸੁਣ, ਐਸੀ ਗੱਲ ਨਹੀਂ ਲੋਕ ਸੁਣ, ਔਰ ਕੁਛ ਹੱਦ ਤੱਕ ਟਹਿਣਾ ਸਾਹਿਬ ਲੋਕ ਵੀ ਜ਼ਿੰਮੇਵਾਰ ਨੇ, ਇਹ ਸਾਰੀ ਆਪਾਂ ਕਹੀਏ ਨਾ ਸਾਰਾ ਧੱਬਾ ਕਲਾਕਾਰਾਂ 'ਤੇ ਸਿੱਟੀਏ। ਜੇ ਜੇਕਰ ਆਪਾਂ ਕਿਸੇ ਦਾ ਕਮਰਸ਼ੀਅਲ ਗੀਤ ਆਉਂਦਾ ਆਪਾਂ ਨੂੰ ਪਤਾ ਹੁੰਦਾ ਯਾਰ ਇਹ ਗੀਤ ਠੀਕ ਨਹੀਂ ਹੈ ਨਾ, ਇਹਦਾ ਵੀਡੀਓ ਠੀਕ ਨਹੀਂ। ਔਰ ਮੈਨੂੰ ਇਹ ਗੱਲ ਕਹਿੰਦਿਆਂ ਸ਼ਾਇਦ ਜੇ ਵੀਰਾਂ ਨੂੰ ਦੁੱਖ ਲੱਗੇ ਤਾਂ ਮੈਂ ਮਾਫ਼ੀ ਵੀ ਚਾਹੁੰਦਾ। ਇਹ ਪਗੜੀ ਬੰਨ੍ਹ ਕੇ ਕਈ ਭਰਾਵਾਂ ਨੇ ਇੱਦਾਂ ਦੇ ਗੀਤ ਦਿੱਤੇ ਆ ਨੇ, ਸਰਦਾਰ ਅੱਜ ਵੀ ਉਹਨਾਂ ਦਾ ਕਹਿ ਲਈਏ ਮਾਰਕੀਟ 'ਚ ਬਹੁਤ ਵੱਡਾ ਗ੍ਰਾਫ ਹੈ, ਨਾਮ ਆ, ਪਰ ਉਹਨਾਂ ਦੇ ਵੀਡੀਓ ਨਹੀਂ ਆਪਾਂ ਦੇਖ ਸਕਦੇ। ਉਹ ਲੱਗਦਾ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿਹੜੀਆਂ ਸਰਦਾਰੀਆਂ ਬਖਸ਼ੀਆਂ ਉਹ 'ਤੇ ਇੱਕ ਆਪਾਂ ਧੱਬਾ ਆ। ਸੋ ਕੋਸ਼ਿਸ਼ ਕਰੀਏ ਰੋਜ਼ੀ ਰੋਟੀ ਚੱਲਦੀ ਹੀ ਰਹਿਣੀ ਆ, ਪੇ ਹੁਣ ਕਈਆਂ ਦੀ ਦੌੜ ਹੋ ਜਾਂਦੀ ਨਾ, ਇੱਥੇ ਚਾਰ ਗੀਤ ਚੱਲੇ, ਹੁਣ ਬੰਬੇ ਵੱਲੋਂ ਭੱਜੀਏ, ਬੰਬੇ ਸਟਾਈਲ ਆਪਾਂ ਉਹ ਸਿਸਟਮ ਕਰੀਏ, ਉਸ ਤਰ੍ਹਾਂ ਦਾ ਕਰਾਂਗੇ, ਚਾਰ ਪੈਸੇ ਹੈਗੇ ਆ ਲਾ ਦਾਂਗੇ ਤੇ ਆਪਣੀ ਬੱਲੇ ਬੱਲੇ ਆ ਆਪਾਂ ਹਾਲੀਵੁੱਡ ਬਾਲੀਵੁੱਡ ਤੱਕ ਪਹੁੰਚ ਜਾਂਗੇ। ਕੰਪਨੀ ਨੇ ਖੱਜਲ ਕੀਤਾ ਸੀ ਕਿ ਨਹੀਂ? ਨਹੀਂ ਭਾਜੀ, ਜੋ ਮੇਰਾ ਸੱਚ ਆ ਤੁਹਾਨੂੰ ਦੱਸਦਾ ਹਾਂ, ਮੇਰਾ ਇਹ ਸੱਚ ਹੈ, ਪਹਿਲਾ ਗੀਤ ਆਪਾਂ ਮੋੜੀ ਵੇ ਮੋੜੀ ਬਾਬਾ, ਉਹ ਆਪਾਂ ਪਿੰਕੀ ਧਾਲੀਵਾਲ ਹੋਰਾਂ ਨਾਲ ਰਲ ਕੇ ਉਹਨਾਂ ਨੇ ਕੀਤਾ ਸੀਗਾ, ਤਿੰਨ ਚਾਰ ਗੀਤ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਹੀ ਦਿੱਤੇ, ਮੁੜ ਕੇ ਹੁਣ ਜਿਹੜਾ ਇਹ ਸਿਸਟਮ ਆ। ਹਾਂ, ਇੱਕ ਵਾਰ ਮੈਨੂੰ ਬਾਊਂਡ ਕਰਨ ਲਈ, ਜਿਸ ਤਰ੍ਹਾਂ ਅੱਜ ਵੀ ਗਾਇਕਾਂ ਨੂੰ ਜਿਨ੍ਹਾਂ ਨੇ ਪੈਸੇ ਲਾਣੇ ਹੁੰਦੇ ਬਾਊਂਡ, ਉਹ ਮੈਨੂੰ 7 ਸਾਲ, ਔਰ ਅੱਜ ਵੀ ਟਹਿਣਾ ਸਾਹਿਬ ਮੈਨੂੰ ਬਹੁਤ ਆਪਸ਼ਨਾਂ ਨੇ, ਉਹ ਮੈਨੂੰ ਕਹਿੰਦੇ ਨੇ, ਮੈਂ ਕਿਹਾ ਭਰਾ ਮੈਂ ਲੱਖਾਂ ਇਕੱਠੇ ਕਰਨੇ ਨਹੀਂ, ਮੇਰੀ ਰੋਜ਼ੀ ਰੋਟੀ ਚੱਲੀ ਜਾਂਦੀ, ਪ੍ਰੋਗਰਾਮ ਆਈ ਜਾਂਦੇ, ਮੈਂ ਗੱਲ ਸੰਤੁਸ਼ਟੀ ਦੀ ਆ, ਮੈਂ ਸੰਤੁਸ਼ਟ ਹੈ, ਮੈਂ ਥੋੜ੍ਹੇ ਪੈਸੇ ਲੈ ਕੇ ਵੀ ਸੰਤੁਸ਼ਟ ਹੈ, ਪਰ ਮੈਨੂੰ ਇਹ ਪਤਾ ਮੈਂ ਆਜ਼ਾਦ ਹਾਂ। ਮੇਰਾ ਰਾਤ ਨੂੰ ਮੈਨੂੰ ਕੋਈ ਗੀਤ ਆਇਆ, ਮੇਰਾ ਦਿਲ ਕਰ ਗਿਆ, ਕੱਲ੍ਹ ਨੂੰ ਉੱਥੇ ਜਾ ਕੇ ਆਪਾਂ ਰਿਕਾਰਡ ਕਰਨਾ, 10 ਦਿਨਾਂ 'ਚ ਤਿਆਰ ਹੋ ਗਿਆ, ਉਹ ਮੈਂ ਸੰਤੁਸ਼ਟੀ, ਮੈਂ ਆਜ਼ਾਦ ਹਾਂ, ਕਿਉਂਕਿ ਜਿਨ੍ਹਾਂ ਨੇ ਤੁਹਾਡੇ 'ਤੇ ਪੈਸਾ ਲਾਉਣਾ ਕੰਪਨੀਆਂ ਨੇ, ਟਹਿਣਾ ਸਾਹਿਬ ਉਹਨਾਂ ਨੇ ਕੁਝ, ਹਾਂ ਉਹਨਾਂ ਨੇ ਕੱਢਣਾ ਵੀ ਵਿੱਚੋਂ ਹੈ, ਉਹ ਜਿਸ ਤਰ੍ਹਾਂ ਦਾ ਕਹਿੰਦੇ ਨਾ ਔਰਾ ਚੱਲ ਰਿਹਾ, ਉਹ ਤਾਂ ਭੂਆ ਦੀ ਕੁੜੀ 'ਤੇ ਗਾਣਗੇ, ਮਾਸੀ 'ਤੇ ਗਾਣਗੇ, ਚੰਡੀਗੜ੍ਹ 'ਤੇ ਗਾਣਗੇ, ਜੱਟਾਂ ਨੇ ਜੇ ਕਰ ਦਿੱਤਾ, ਜੱਟਾਂ ਨੇ ਵੋ ਕਰ ਦਿੱਤਾ, ਉਹਨਾਂ ਦੀ ਮਜਬੂਰੀ ਹੈ, ਉਹ ਪੈਸੇ ਲੱਖਾਂ ਲਾਣਗੇ ਵੀ ਉਹ ਆਰਟਿਸਟ ਤੋਂ ਕੱਢਣਗੇ, ਕਿੱਥੋਂ ਪ੍ਰੋਗਰਾਮ 'ਚਾਰ ਪੈਣਗੇ, ਉੱਥੋਂ ਹੀ ਹੁਣ ਜ਼ਰੀਆ ਰਹਿ ਗਿਆ ਇੱਕ। ਸੋ ਆਪਣੀ ਇਹ ਹਮੇਸ਼ਾ ਕੋਸ਼ਿਸ਼ ਰਹੀ ਆ ਔਰ ਹਮੇਸ਼ਾ ਰਹੇਗੀ, ਇੱਦਾਂ ਦੇ ਆਜ਼ਾਦ ਜਿਹੇ ਬੰਦੇ। ਹਾਂ, 2012 ਦੀ ਗੱਲ, ਮੈਨੂੰ ਕਹਿੰਦੇ ਯਾਰ, ਮੈਂ ਉਦੋਂ ਪਹਿਲੀ ਵਾਰ UK ਗਿਆ ਅਤੇ ਮੈਨੂੰ ਉਹ ਬੰਦੇ ਮਿਲੇ, ਕਹਿੰਦੇ ਆਵਾਜ਼ ਸੋਹਣੀ ਆ ਠੀਕ ਹੈ, ਪਰ ਯਾਰ ਆਹ ਸਰੂਪ ਚੇਂਜ ਕਰਨਾ ਪਊਗਾ। ਮੈਂ ਜੀ ਕੀ ਗੱਲ ਹੋਈ? ਕਹਿੰਦੇ ਆਹ ਤਾਂ ਕਲਾਕਾਰਾਂ ਵਾਲੀ ਦੇਖਣੀ, ਇਹ ਤਾਂ ਢਾਡੀਆਂ ਵਾਲੀ ਦੇਖ ਹੈ, ਚਲੋ ਜੇ ਤੁਸੀਂ ਪੱਗ ਵੀ ਬੰਨਣੀ ਨਾ, ਆਹ ਸਾਰਾ ਚਕਾ ਚਕੂ ਕੇ ਤੁਹਾਡਾ ਸਿਸਟਮ ਤੁਹਾਨੂੰ ਦੱਸਾਂਗੇ, ਸਟਾਈਲਿਸ਼ ਬੁਆਏ ਕਿੱਦਾਂ ਬਣਦਾ। ਮੈਂ ਉਹਨਾਂ ਮੇਰੇ ਹੱਥ ਜੋੜੇ, ਮੈਂ ਕਿਹਾ ਭਰਾ ਮੈਨੂੰ 2 ਟਾਈਮ ਦੀ ਰੋਜ਼ੀ ਰੋਟੀ ਜੁੜਦੀ ਹੈ, ਗਾਇਕੀ ਨਹੀਂ ਵੀ ਚੱਲੀ, 3-4 ਖੇਤ ਹੈਗੇ ਆ, ਕਣਕ ਝੋਨਾ ਲਾ ਕੇ ਭੁੱਖੇ ਨਹੀਂ ਮਰ ਲੱਗੇ। ਔਰ ਉਹੀ ਬੰਦੇ ਟਹਿਣਾ ਸਾਹਿਬ, ਉਸ ਦਿਨ ਦਿਲ ਨੂੰ ਸਕੂਨ ਆ ਗਿਆ ਤੇ ਉਹ ਹੁਣ ਬੰਦੇ ਮੇਰੇ ਤੱਕ ਅਪਰੋਚ ਕਰ ਰਹੇ ਵੀ ਪੰਮੇ ਦੇ ਆਪਾਂ ਪ੍ਰੋਗਰਾਮ ਇੱਥੇ ਕਰਨੇ, ਉਹਨਾਂ ਨੇ ਆਪਦਾ ਸਟਾਈਲ ਚੇਂਜ ਕਰ ਲਿਆ। ਫਿਰ ਜ਼ਮੀਰ ਤੇ ਆ ਜਾਂਦੀ ਹੈ ਨਾ ਵੀ ਤੁਹਾਡੀ ਆਪਦੀ ਜ਼ਮੀਰ ਕਿੰਨਾ ਜਾਗਦੀ ਹੈ। ਅੱਛਾ ਪੰਮਾ ਬਾਈ, ਇੱਕ ਮੈਂ ਸਵਾਲ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਉਹ ਸਵਾਲ ਹਾਲਾਂਕਿ ਉਹਦਾ ਜਵਾਬ ਸਾਡੇ ਸਾਰਿਆਂ ਦੇ ਕੋਲ ਹੈ, ਅਸੀਂ ਅਕਸਰ ਉਹਦੇ ਬਾਰੇ 'ਚ ਗੱਲ ਵੀ ਕਰਦੇ ਹਾਂ, ਪਰ ਬਹੁਤ ਸਾਰੇ ਲੋਕ ਉਸ ਚੀਜ਼ 'ਤੇ ਕਿੰਤੂ ਵੀ ਕਰਦੇ ਨੇ, ਪਰ ਮੈਂ ਤੁਹਾਡੇ ਮੂੰਹੋਂ ਉਹਦਾ ਜਵਾਬ ਜ਼ਰੂਰ ਲੈਣਾ ਚਾਹੁੰਦੀ ਹਾਂ। ਉਹ ਇਹ ਹੈ ਕਿ ਕੀ ਜਿਹੜੀ ਗਾਇਕੀ ਅੱਜ ਸਾਡੇ ਸਮਾਜ 'ਚ ਚੱਲ ਰਹੀ ਹੈ, ਤੁਹਾਨੂੰ ਲੱਗਦਾ ਵੀ ਸਾਡੀ ਨੌਜਵਾਨੀ 'ਤੇ ਉਹਦਾ ਅਸਰ ਮਾੜਾ ਪੈ ਰਿਹਾ? 80% ਹਰਮਨ ਜੀ, ਜੀ ਇਹ ਸੱਚ ਆ। ਅੱਜ ਜੇ ਚਿੱਟੇ ਦੀ ਲਪੇਟ 'ਚ ਜਵਾਕਾਂ ਦੇ ਆਏ, ਟਹਿਣਾ ਸਾਹਿਬ ਮਾਪਿਆਂ ਕੋਲ ਸਮਾਂ ਨਹੀਂ ਰਿਹਾ ਜਵਾਕਾਂ ਨੂੰ ਸੰਸਕਾਰ ਦੇਣ ਦਾ, ਸਕੂਲ ਕਾਲਜ ਉਹ ਆਪਾਂ ਗੀਤਾਂ ਰਾਹੀਂ ਆਸ਼ਕੀ ਦੇ ਅੱਡੇ ਬਣਾ ਦਿੱਤੇ, ਕਾਲਜ 'ਚ ਆਇਆ ਹੁੰਦਾ ਸਕੂਲ, ਕਈ ਵੀਡੀਓਜ਼ ਇਸ ਲੈਵਲ ਦੀਆਂ ਟਹਿਣਾ ਸਾਹਿਬ ਦੇਖ ਕੇ ਬੜੀ ਸ਼ਰਮਸ਼ਾਰ, ਔਰ ਵਧੀਆ ਆਰਟਿਸਟ ਨੇ ਜਿਨ੍ਹਾਂ ਨੇ ਉਹ ਮਾਹੌਲ ਕ੍ਰੀਏਟ ਆਸ਼ਕੀ ਦਾ ਕੀਤਾ, ਫਿਰ ਉਹ ਕੁੜੀ ਆਪ ਸਕੂਲ ਵਾਲੀ ਵਰਦੀ ਪਾਈ ਹੈ, ਫਿਰ 8ਵੀਂ 10ਵੀਂ 'ਚ ਪੜ੍ਹ ਰਹੇ, ਉਹ ਇਹ ਚੀਜ਼ਾਂ ਬਿਲਕੁਲ। ਹੁਣ ਗੀਤ ਹਥਿਆਰਾਂ 'ਤੇ ਕਿੰਨੇ ਆਏ, ਮੈਂ ਬੋਲਣਾ ਨਹੀਂ ਕਿਉਂਕਿ ਮੇਰਾ ਕਿਸੇ ਨਾਲ ਨਿੱਜੀ, ਮੈਂ ਕਿਸੇ ਨਾਲ ਵੱਟ ਨਹੀਂ ਵੰਡਣੀ, ਪਰ ਇਹ ਚੀਜ਼ਾਂ ਦਾ ਹਥਿਆਰ ਉੱਥੇ ਹੀ ਜੱਟ ਫੈਰ ਕਰਦਾ ਜਿੱਥੇ ਪਾਬੰਦੀ ਹੈ, ਉਹ ਜੱਟਾਂ ਨੇ ਵਿਆਹ 'ਚ ਦਾਰੂ ਪੀ ਕੇ ਖਿਆ, ਔਰ ਕਿੰਨੀਆਂ ਜਾਨਾਂ ਇਸ ਕਰਕੇ ਗਈਆਂ। ਉੱਥੇ ਉਹ ਪਿੱਛੇ ਉਹ ਵੀਰ ਦਾ ਗੀਤ ਆਇਆ ਸੀਗਾ, ਬੰਦਾ ਮਾਰ ਕੇ ਪਹਿਲਾਂ ਮਾਰਦੇ, ਕਸੂਰੇ ਬਾਅਦ 'ਚ ਪੁੱਛਦੇ ਆ, ਉਹ ਜਦੋਂ ਫਿਰ ਪਰੀ ਚੜ੍ਹੀ ਹੁੰਦੀ ਹੈ, ਅਤੇ ਅਕਸਰ ਇੱਦਾਂ ਬਹੁਤ ਆਪਾਂ ਮੰਨੀਏ ਨਾ ਮੰਨਣ ਇਸ ਗੱਲ ਤੋਂ,
ਨੌਜਵਾਨ ਪੀੜ੍ਹੀ ਤੇ ਜੇ ਚਿੱਟੇ ਦੀ ਅੱਜ ਕਹਿੰਦੇ ਨਾ ਪੰਜਾਬ, ਮੈਂ ਜਦੋਂ 16 'ਚ ਗੀਤ ਕੀਤਾ ਮੋੜੀ ਵੇ ਮੋੜੀ ਬਾਬਾ ਪੀ ਪੀ ਸਮੈਕਾਂ ਚਿੱਟੇ, ਮੈਨੂੰ ਬਹੁਤਿਆਂ ਨੇ ਕਿਹਾ ਕਹਿੰਦਾ ਤੁਸੀਂ ਪੰਜਾਬ ਨੂੰ ਬਦਨਾਮ ਕਰ ਰਹੇ ਓ, ਹਾਂ ਤੁਸੀਂ ਇਹ ਗੀਤ ਦੇ ਕੇ ਤੁਸੀਂ ਦੱਸ ਰਹੇ ਪੰਜਾਬ ਨਸ਼ੇੜੀ। ਮੈਂ ਕਿਹਾ ਵੀਰੇ ਕੋਈ ਗੱਲ ਨਹੀਂ, ਸਾਤੋਂ ਗਲਤੀ ਹੋ ਗਈ। ਹੁਣ ਉਹ ਫੋਨ ਮੈਂ ਸੇਵ ਰੱਖਿਆ, ਹੁਣ ਮੈਂ ਲਾਣਾ। ਮੈਂ ਕਿਹਾ ਮੇਰੇ ਕੋਲ ਲਿਸਟਾਂ ਨੇ ਜਿਨ੍ਹਾਂ ਦਾ ਇੱਕ ਇੱਕ ਪੁੱਤ ਤਿੰਨ ਤਿੰਨ ਪਰਿਵਾਰਾਂ ਦਾ ਅਤੇ ਚਿੱਟੇ ਦੀ ਲਪੇਟ 'ਚ ਉਹਨਾਂ ਦੇ ਪੱਲੇ ਰਿਹਾ ਕੀ? ਉਹ ਹੁਣ ਉਹਨਾਂ ਕੋਲ ਜਵਾਬ ਹੈ ਨਹੀਂ, ਉਦੋਂ ਤੋਂ ਹੀ ਕੋਸ਼ਿਸ਼ ਇਹ ਸੱਚ ਹੈ ਗੀਤ। ਔਰ ਮੈਂ ਭਾਈਚਾਰੇ ਨੂੰ ਵੀ ਇਹੀ ਬੇਨਤੀ ਕਰਾਂਗਾ ਵੀ ਕੋਸ਼ਿਸ਼ ਕਰੀਏ, ਇਹ ਸਿਰਫ ਇੱਕ ਇੰਟਰਟੇਨਮੈਂਟ ਦਾ ਸਾਧਨ ਹੈ, ਇਹ ਕਿਤੇ ਐਸਾ ਜ਼ਹਿਰ ਨਾ ਬਣ ਜਾਏ। ਉਹ ਜਿਸ ਤਰ੍ਹਾਂ ਕਹਿੰਦੇ ਨਾ ਹੌਲੀ ਹੌਲੀ ਬਗਾਨੇ ਦੇ ਅੱਗ ਲੱਗੀ ਤਾਂ ਤਾੜੀਆਂ ਮਜ਼ਾ ਆ ਗਿਆ, ਪਰ ਪਤਾ ਉਦੋਂ ਲੱਗਦਾ ਜਦੋਂ ਆਪਦੇ ਘਰ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਪੁਰਜੇ ਗੀਤਾਂ ਰਾਹੀਂ ਪਟੋਲੇ ਹੋਏ ਜੇ ਵੋ, ਠੀਕ ਹੈ ਸੋਹਣਾ ਲੱਗਦਾ, ਤੇ ਜਦੋਂ ਕੋਈ ਆਪਣੀ ਨੂੰ ਕਹਿੰਦਾ ਹੀਰ ਜੰਮੇ ਪਰ ਗਵਾਂਢੀਆਂ, ਹਾਂ ਕੋਈ ਨਹੀਂ ਕਹਿੰਦਾ। ਟਹਿਣਾ ਸਾਹਿਬ ਇਹ ਬੋਲ ਸੀਗੇ, ਰੱਬ ਦੇ ਨਾਂ ਤੇ ਦੁਨੀਆਂ ਦਗੇ ਕਮਾਉਂਦੀ ਵੇਖੀ ਹੈ, ਚਿੱਟੇ ਕੱਪੜਿਆਂ ਦੇ ਵਿੱਚ ਲਹੂ ਲੁਕਾਉਂਦੀ ਵੇਖੀ ਆ, ਕੁੱਤੀ ਜੋ ਕਰਵਾਉਂਦੀ ਚੋਰੀ ਰਲ ਕੇ ਚੋਰਾਂ ਨਾਲ, ਤੇ ਮਾਲਕ ਅੱਗੇ ਉਹੀ ਉਹ ਪੂਛ ਹਿਲਾਉਂਦੀ ਵੇਖੀ ਹੈ। ਕੋਈ ਨਹੀਂ ਕਹਿੰਦਾ ਕਿ ਹੀਰ ਸਲੇਟੀ ਮੇਰੇ ਘਰ ਜੰਮੇ, ਕੋਈ ਨਹੀਂ ਕਹਿੰਦਾ ਕਿ ਹੀਰ ਸਲੇਟੀ ਮੇਰੇ ਘਰ ਜੰਮੇ, ਉਂਝ ਇਹ ਦੁਨੀਆਂ ਹੀਰ ਦੇ ਕਿੱਸੇ ਗਾਉਂਦੀ ਵੇਖੀ ਹੈ, ਮਿਰਜ਼ੇ ਨੂੰ ਮਰਵਾ ਕੇ ਸਾਹਿਬਾ ਆਪਣੇ ਵੀਰਾਂ ਤੋਂ, ਕਵਰ ਤੇ ਜਾ ਕੇ ਚੋਰੀ ਫੁੱਲ ਚੜਾਉਂਦੀ ਵੇਖੀ ਹੈ, ਹੱਕ ਕਦੇ ਨਹੀਂ ਮਿਲਦੇ ਇੱਥੇ ਤਰਲੇ ਕਰਿਆਂ ਤੋਂ, ਡਰਦਿਆਂ ਤਾਂ ਹੀ ਦੁਨੀਆਂ ਹੋਰ ਡਰਾਉਂਦੀ ਵੇਖੀ ਹੈ, ਘੋਲੀਏ ਦੇ ਜਰਨੈਲ ਸੀ ਉਹਨੂੰ ਆਪਾਂ ਸੁੱਝਦਾ ਨਹੀਂ, ਪਰ ਕਲਮ ਉਹਦੀ ਉਂਝ ਦੁਨੀਆਂ ਨੂੰ ਸਮਝਾਉਂਦੀ ਵੇਖੀ। ਕੀ ਬਾਤ ਹੈ, ਵਾਹ ਵਾਹ ਵਾਹ। ਤੇ ਆਪਾਂ ਬਾਰ ਬਾਰ ਇੱਕ ਗੀਤ ਦਾ ਜ਼ਿਕਰ ਕਰ ਰਹੇ, ਮੋੜੀ ਵੇ ਮੋੜੀ ਬਾਬਾ, ਉਹਦੇ ਦੋ ਬੋਲ ਜ਼ਰੂਰ। ਹਾਂਜੀ, ਉਹ ਗੀਤ ਹਰਮਨ ਜੀ ਜਿਹਨੇ ਪੰਮੇ ਨੂੰ ਪੰਮਾ ਡੂਮੇਵਾਲ ਬਣਾਇਆ, ਐਕਚੁਅਲੀ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ ਜੀ। ਟਹਿਣਾ ਸਾਹਿਬ ਕਦੇ ਹੁੰਦਾ ਸੀ ਵੀ ਤੇਰੇ ਕੋਲ 10 ਲੱਖ ਰੁਪਇਆ ਹੈ ਜੇ ਤੂੰ ਇੱਕ ਗੀਤ ਵੀ ਕਰਨਾ, ਔਰ ਅੱਜ ਦਾ ਵੀ ਸੱਚ ਹੈ, ਤੇਰੀ ਵੀਡੀਓ ਵੱਡੀ ਕਰਾਂਗੇ, ਤੇਰਾ ਚੈਨਲਾਈਜ਼ ਗੀਤ ਕਰਾਂਗੇ, ਪਰ ਸੋਸ਼ਲ ਮੀਡੀਆ ਇੱਕ ਐਡਾ ਵਧੀਆ ਮੈਂ ਕਹਿੰਦਾ ਪਲੇਟਫਾਰਮ ਹੈ ਮੇਰੇ ਵਰਗੇ ਲਈ ਜਿਨ੍ਹਾਂ ਦੀ ਸ਼ੁਰੂਆਤ ਇੱਥੋਂ ਹੋਈ ਹੈ, ਕਿ ਕੋਈ ਗੀਤ ਬੋਲ ਕੇ ਇੱਦਾਂ ਫੋਨ ਵੀ, ਉਦੋਂ ਤਾਂ ਸਾਡੇ ਵਰਗੇ ਕੋਲ ਤਾਂ ਦੋ ਦੋ ਚਾਰ ਚਾਰ ਹਜ਼ਾਰ ਵਾਲੇ ਸੀਗੇ, ਉਹ ਗਾਤੀ ਅੱਛਾ ਕਿੰਨੇ ਲੋਕਾਂ ਨੇ ਲਿਖ ਲਿਆ, 10,000 ਅਗਲੇ ਦਿਨ, ਅੱਛਾ ਯਾਰ 50,000 ਰੀਚ ਹੋ ਗਈ, ਲੱਖ ਹੋ ਗਈ, ਬਸ ਉੱਥੋਂ ਹੀ ਦੇਖ ਦੇਖ ਕੇ ਪ੍ਰੋਗਰਾਮ ਸਿਸਟਮ ਸ਼ੁਰੂ ਹੋ ਗਿਆ। ਔਰ ਵਰਨਾ ਸਾਡੇ ਵਰਗੇ ਕਦੇ ਮੋਹਰੇ ਨਾ ਆਉਂਦੇ ਜਿਨ੍ਹਾਂ ਨੇ ਚੰਗਾ ਗਾਉਣਾ ਆ, ਕਿਉਂਕਿ ਇੱਕ ਬੰਦਾ ਚਿੱਟੇ 'ਤੇ ਲੱਗਿਆ, ਚਿੱਟੇ 'ਤੇ ਲੱਗੇ ਤੁਸੀਂ ਕਹੋਗੇ ਵੀ ਮੈਂ ਛੇਤੀ ਦਾਰੂ 'ਤੇ ਲਿਆ, ਉਹ ਨਹੀਂ। ਹਾਂਜੀ, ਵਧੀਆ ਗਾਇਕੀ ਸੁਣਨ ਲਈ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਨਾ, ਇਹ ਅੰਦਰ ਉਹੀ ਚੀਜ਼ ਨੂੰ ਆਪਾਂ ਨਾ ਲੋੜ ਉਦੋਂ ਮਹਿਸੂਸ ਕਰਦੇ ਰੋਟੀ ਦੀ ਜਦੋਂ ਭੁੱਖ ਹੋਵੇ, ਭੁੱਖ ਨਹੀਂ ਹੋਵੇ ਤਾਂ ਸ਼ਾਇਦ ਉਦੋਂ ਰੋਟੀ ਨੂੰ ਬੰਦਾ ਚੋਚੀ, ਹਾਂਜੀ ਉਦੋਂ ਚੋਚੀ ਹੋਈ ਸਾਦਾ ਰੋਟੀ ਨੂੰ। ਸੋ ਮੈਂ ਫਿਰ ਇੱਕ ਵਾਰ ਕਹਿੰਦਾ ਕਿ ਚੰਗਾ ਸੁਣਨ ਵਾਲਿਆਂ ਦਾ ਦਿਲੋਂ ਆਪਾਂ ਕਰਜ਼ਦਾਰ ਹਾਂ, ਔਰ ਬੇਨਤੀ ਵੀ ਹੈ ਯੂਥ ਲਈ ਵੀ, ਇਹ ਨਹੀਂ ਕਿ ਅੱਜ ਵੀ ਆਪਾਂ ਨੂੰ ਯੂਥ ਸੁਣਦਾ ਨੇ, ਨਹੀਂ ਸੁਣਦੇ ਨੇ ਭਰਾ, ਉਹਨਾਂ ਨੂੰ ਬੇਨਤੀ ਹੈ ਇਕੱਲੇ ਕਲਾਕਾਰ ਜ਼ਿੰਮੇਵਾਰ ਨਹੀਂ, ਕੁਝ ਹਿੱਸਾ ਸਾਡਾ ਵੀ, ਜਿਹੜੇ ਜਦੋਂ ਆਪਾਂ ਚੰਗਾ ਸੁਣਾ ਅਗਲਾ 20 ਲੱਖ ਦੀ ਵੀਡੀਓ ਬਣਾ ਲੈ, ਮਾੜੀ ਵੀਡੀਓ ਤੁਸੀਂ ਦਰਕਾਰ ਦਿਓ ਆਪਾਂ ਨਹੀਂ, ਬਸ ਉਹ ਫਿਰ ਕਿੰਨਾ ਚਿਰ ਪੈਸੇ ਦੇਈ ਜਾਣਗੇ ਯੂਟਿਊਬ ਨੂੰ। ਸਹੀ ਸਹੀ, ਅੱਜ ਵੀ ਇੰਸਟਾ 'ਤੇ ਮੈਨੂੰ ਇੱਕ ਬੰਦਾ ਪਿਛਲੇ ਦਿਨ ਹੀ ਫੋਨ ਆਇਆ, ਕਹਿੰਦਾ ਤੁਹਾਡੇ ਤਾਂ ਸਿਰਫ 11,000 ਫੋਲੋਅਰ। ਮੈਂ ਕਿਹਾ ਹਾਂ ਵੀਰੇ ਮੈਨੂੰ ਪਤਾ, ਰੁਪਈਆ ਕਹਿੰਦਾ 2 ਲੱਖ ਲੱਗਣਾ। ਮੈਂ ਕਿਹਾ ਹਾਂਜੀ, ਆਪਾਂ 6 ਮਹੀਨਿਆਂ ਦੇ ਅੰਦਰ ਤੁਹਾਡੇ 25 ਲੱਖ ਤੱਕ ਲਿਆ, ਮੈਂ 25 ਲੱਖ ਨੂੰ ਭਰਾ ਕਰਾਂਗੀ 10,000 ਦੀ ਬਜਾਏ, ਬੇਸ਼ੱਕ ਮੇਰੇ 200 ਹੋਣ ਫੋਲੋਅਰ, ਮੈਨੂੰ ਪਿੰਡਾਂ ਵਾਲੇ ਸੁਣਦੇ ਬਾਪੂ ਜਿਨ੍ਹਾਂ ਨੂੰ ਪਤਾ ਹੀ ਨਹੀਂ ਤੁਹਾਡੀ ਫੇਸਬੁੱਕ ਦਾ, ਬੇਬੀਆਂ ਨੂੰ। ਮੈਂ ਕਿਹਾ ਜੇ ਉਹਨਾਂ ਦੀ ਆਪਾਂ ਗਿਣਤੀ ਕਰਾਂਗੇ ਨਾ, ਫਿਰ ਤੁਹਾਡੇ ਲੱਖਾਂ ਤੋਂ ਵੀ ਆਪਣੇ ਵੱਧ ਜਾਣੇ, ਜਿਹੜੀ ਜਿਨ੍ਹਾਂ ਨੂੰ ਲਾਈਕਸ ਦਾ ਨਹੀਂ ਪਤਾ ਉਹ ਵੀ ਸੁਣਦੇ, ਉਹਨਾਂ ਦੇ ਜਿਨ੍ਹਾਂ ਨੂੰ ਸੱਚ ਸੁਣਨ ਦੀ ਚਿੰਤ ਕਰਨ, ਜਿਹੜੇ ਪੈਸੇ ਪੁੱਛੇ ਦੇਖ ਕਰਵਾਉਂਦੇ ਨਾ, ਪਤਾ ਲੱਗਦਾ ਜੰਬਾਬੇ ਵੱਲੋਂ ਹੋਏ ਆ, ਉੱਥੇ ਪੰਜਾਬੀ ਕੋਈ ਨਹੀਂ ਹੁੰਦਾ ਜਾਂ ਬਹੁਤ ਘੱਟ ਹੁੰਦੇ ਆ, ਇਹ ਯਕੀਨ ਹੀ ਨਹੀਂ ਕਰਨਾ ਚਾਹੀਦਾ ਉਸ ਗੀਤ ਦੇ ਬੋਲ। ਨਾ ਬੋਲੇ ਤੇ ਆਕੜਾਂ ਦੀ ਪੱਟੀ ਕਹਿੰਦੇ, ਬੋਲੇ ਹੱਸ ਕੇ ਤੇ ਕੁੜੀ ਖਰਾਬ ਲੱਗੇ, ਭੈਣੇ ਆਪਣੀ ਲੱਗੇ ਗੰਗਾ ਜਲ ਵਰਗੀ ਓ, ਭੈਣੇ ਆਪਣੀ ਲੱਗੇ ਗੰਗਾ ਜਲ ਵਰਗੀ ਓ, ਜੇ ਹੋਵੇ ਕਿਸੇ ਦੀ ਤਾਂ ਲੱਖਿਆ ਸ਼ਰਾਬ ਕਹਿੰਦੇ। ਮੋੜੀ ਬੇਮੋੜੀ ਬਾਬਾ ਚੱਕਮੀ ਮੰਡੀਰ ਨੂੰ, ਮੋੜੀ ਬੇਮੋੜੀ ਹੋ ਪੀ ਪੀ ਸਮੈਕਾਂ, ਪੀ ਪੀ ਕੇ ਚਿੱਟੇ ਉਹ ਸ਼ਾਣੀ ਕਰ ਲਿਆ ਸਰੀਰ ਨੂੰ, ਮੋੜੀ ਬੇਮੋੜੀ ਉਹ ਬਾਬਾ ਚੱਕਮੀ ਮੰਡੀਰ ਨੂੰ, ਮੋੜੀ ਬੇਮੋੜੀ ਸ਼ਕਲਾਂ ਬਣਾਈਆਂ ਕਈਆਂ ਅਡਬ ਤੇ ਖੜਬੀਆਂ, ਕੁੱਕੜਾਂ ਦੇ ਕਲ ਗਈਆਂ ਹੁਣ ਜਿਵੇਂ ਲੱਗੀ, ਓਏ ਸਾਂਭ ਲਓ ਪੰਜਾਬੀ ਓ ਅਣਖ ਸਰਦਾਰੀ ਨੂੰ, ਓ ਬਾਂਦਰਾਂ ਦੇ ਹੱਥਾਂ ਵਿੱਚ ਤੀਲਾਂ ਦੀਆਂ ਡੱਬੀਆਂ,
ਲਾ ਦੇਣੀ ਅੱਗ ਇਹਨਾਂ ਓਏ ਵਿਰਸੇ ਅਮੀਰ ਨੂੰ ਮੋੜੀ ਬੇਮੋੜੀ ਓ ਬਾਬਾ ਚੱਕਮੀ ਮੰਡੀਰ ਨੂੰ ਮੋੜੀ ਬੇਮੋੜੀ ਓ ਵਾਹ ਵਾਹ ਕਮਾਲ ਸਮਾਂ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਤੇ ਹੁਣ ਸਾਡਾ ਦਿਲ ਇਹ ਕਰ ਰਿਹਾ ਵੀ ਜਿੰਨੇ ਵੀ ਸਵਾਲ ਰਹਿ ਗਏ ਫਟਾਫਟ ਮਨ ਚ ਜਿੰਨੇ ਵੀ ਖਿਆਲ ਨੇ ਉਹ ਸਾਰੇ ਤੁਹਾਡੇ ਮੂਹਰੇ ਰੱਖ ਦਈਏ ਸੋ ਜੇ ਗੱਲ ਕਰੀਏ ਫਿਲਮਾਂ ਦੇ ਵਿੱਚ ਗਾਇਕੀ ਦੀ ਤਾਂ ਇਹ ਕਿੱਥੋਂ ਕੁ ਤੱਕ ਪਹੁੰਚੀ ਕਿੰਨੇ ਕੁ ਤੁਹਾਡੇ ਤਾਈਂ ਕਹਿ ਲਓ ਵੀ ਫੋਨ ਆਏ ਨੇ ਵੀ ਫਿਲਮਾਂ ਦੇ ਵਿੱਚ ਸਾਡੇ ਨਾਲ ਗਾਉਣ ਵਾਲੇ ਤਾਂ ਛਾਲ ਮਾਰ ਕੇ ਫਿਲਮ ਚ ਆਉਣ ਨੂੰ ਫਿਰਦੇ ਹੁੰਦੇ ਆ ਜੀ ਤੁਹਾਡੇ ਤੱਕ ਕਿੰਨਿਆਂ ਨੇ ਪਹੁੰਚ ਕੀਤੀ ਹਾਂਜੀ ਹਰਮਨ ਜੀ ਮੇਰਾ ਸੱਚ ਹੈ ਪਿਛਲੇ ਦਿਨੀ ਮੈਨੂੰ ਇੱਕ ਕਾਲ ਆਈ ਉਹ ਫਿਲਮ ਹੁਣ ਰਿਲੀਜ਼ ਵੀ ਹੋਈ ਤੇ ਉਹ ਕਹਿੰਦਾ ਜੀ ਆਪਾਂ ਫਿਲਮ 'ਚ ਗੀਤ ਕਰਨਾ ਹਰ ਇੱਕ ਨੂੰ ਹੁੰਦਾ ਆ ਜੀ ਆਮ ਕਲਾਕਾਰ ਨੂੰ ਤਾਂ ਮੇਰਾ ਦਾਇਰਾ ਵੱਡਾ ਹੋਵੇ ਪਰ ਆਪਾਂ ਉਸ ਚੀਜ਼ ਤੋਂ ਪਹਿਲਾਂ ਹੀ ਦੂਰ ਹਾਂ ਅਤੇ ਉਹ ਮੈਨੂੰ ਸੀਗਾ ਚਲੋ ਵਧੀਆ ਜਦੋਂ ਉਹ ਗੀਤ ਦਾ ਸਬਜੈਕਟ ਸੁਣਿਆ ਉਹ ਜੱਟਾਂ 'ਤੇ ਸੀਗਾ ਕੋਈ ਮੈਂ ਉਹਨਾਂ ਨੂੰ ਹੱਥ ਜੋੜ ਕੇ ਉੱਥੋਂ ਆ ਗਿਆ ਵੀ ਇਹ ਮੇਰੇ ਵੱਸ ਦੀ ਗੱਲ ਨਹੀਂ ਮੈਂ ਇਹ ਕਰ ਨਹੀਂ ਸਕਦਾ ਅਤੇ ਉਹਨਾਂ ਨੂੰ ਵੀ ਬਾਅਦ 'ਚ ਲੱਗਿਆ ਕਹਿੰਦੇ ਨਹੀਂ ਇਹ ਕੁਝ ਨਹੀਂ ਇਹ ਗੱਲਾਂ ਨਾਲ ਪੱਲੇ ਪੈਣਾ ਮੈਂ ਕਿਹਾ ਮੇਰੇ ਬਹੁਤ ਕੁਝ ਪੈ ਰਿਹਾ ਪ੍ਰੋਗਰਾਮ ਪਰ ਮੈਂ ਹੁਣ ਜਿੰਨੇ ਗੀਤ ਹੁਣ ਤੱਕ ਕੀਤੇ ਇੱਕ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਇੱਕ ਵੀ ਗੀਤ ਮਾੜਾ ਆ ਗਿਆ ਅਤੇ ਉਹ ਸਾਰਿਆਂ 'ਤੇ ਫਿਰ ਘਾਟਾ ਫਿਲਮ ਲਈ ਵੀ ਇੱਕ ਆਸਟ੍ਰੇਲੀਆ ਤੋਂ ਸਾਡੇ ਭਰਾ ਨੇ ਉਹ ਕਨਸੈਪਟ ਬਹੁਤ ਵਧੀਆ ਸੀਗਾ ਉਹ ਕਿਰਸਾਨੀ 'ਤੇ ਫਿਲਮ ਹੈ ਉਹ ਮੈਂ ਕੋਸ਼ਿਸ਼ ਕਰੂੰਗਾ ਪਰ ਉਹਨਾਂ ਨੇ ਅਜੇ ਕਿਹਾ ਵੀ ਮੈਂ ਅਜੇ ਇਸ ਯੋਗ ਨਹੀਂ ਵੀ ਮੈਂ ਐਕਟਿੰਗ ਕਰ ਸਕਾਂ ਮੈਂ ਗਾਇਕੀ ਦੇ ਮੇਰੇ ਖਾੜੇ ਲੱਗਦੇ ਠੀਕ ਆ ਇਹ ਬਹੁਤਿਆਂ ਨੂੰ ਭੁਲੇਖਾ ਆ ਮੈਂ ਕਿਹਾ ਨਹੀਂ ਮੇਰਾ ਤਾਂ ਸਰੀਰ ਵੀ ਕਹਿੰਦੇ ਨਹੀਂ ਭਾਅ ਜੀ ਤੁਹਾਡੇ ਵਰਗੇ ਤਾਂ ਕੈਮਰੇ ਲਈ ਵਧੀਆ ਆ ਹੈ ਨਾ ਅਤੇ ਉਹ ਹੋ ਸਕਦਾ ਆਉਣ ਵਾਲੇ ਸਮੇਂ 'ਚ ਉਹ ਪੰਜਾਬ ਦੀ ਕਿਰਸਾਨੀ 'ਤੇ ਬਹੁਤ ਵਧੀਆ ਸਬਜੈਕਟ ਆ ਉਹ ਉਹ 'ਤੇ ਆਪਾਂ ਫਿਲਮ ਕਰੀਏ ਬਾਹਰ ਮਨ ਜੀ ਇਹੀ ਆਪਾਂ ਗੀਤ ਹਰ ਤਿੰਨ ਚਾਰ ਮਹੀਨੇ ਬਾਅਦ ਕੁਝ ਨਾ ਕੁਝ ਸੱਚ ਅੱਗੇ ਲੈ ਕੇ ਆਉਣ ਦੀ ਔਰ ਸਬਜੈਕਟ ਮੇਰਾ ਹਮੇਸ਼ਾ ਰਿਹਾ ਹੈ ਜੋ ਅੱਜ ਦੇ ਮਾਹੌਲ ਦੇ ਮੁਤਾਬਕ ਕਿਸੇ ਨੂੰ ਹੈ ਨਾ ਕੋਈ ਚੰਗਾ ਮੈਸੇਜ ਗੀਤ ਰਾਹੀਂ ਕਨਵੇ ਹੋ ਸਕੇ ਪ੍ਰੋਗਰਾਮ ਤਾਂ ਚੱਲਦੇ ਰਹਿਣੇ ਨੇ ਔਰ ਸਿਸਟਮ ਬਣਿਆ ਰਹਿਣਾ ਵਿਰਾਸਤ ਦੇ ਵਿੱਚ ਨਹੀਂ ਮਿਲੀ ਪਰ ਕੀ ਤੁਸੀਂ ਚਾਹੋਗੇ ਕਿ ਮੇਰੇ ਨਿਆਣੇ ਗਾਉਣ ਇਹ ਭਾਅ ਜੀ ਗਾਇਕੀ ਦਾ ਇੱਦਾਂ ਆ ਇਹ ਥੋਪ ਨਹੀਂ ਸਕਦੇ ਮੇਰਾ ਇੱਕ ਬੇਟਾ ਆ ਫਤਿਹ ਇਹ ਗੋਡ ਗਿਫਟ ਆ ਮੇਰੇ ਪਿੱਛੇ ਨਹੀਂ ਐਕਚੁਲੀ ਮੇਰਾ ਬ੍ਰਦਰ ਜ਼ਰੂਰ ਗਾਉਂਦਾ ਸੀ ਉਹਨਾਂ ਨੇ LLB ਕਰਕੇ ਉਹ ਵੀ ਸੌਂ ਕੇ ਮੈਨੂੰ ਇੱਧਰ ਕਹਿੰਦੇ ਸੀਗੇ ਅਤੇ ਇਹ ਚੀਜ਼ ਕੱਢਣ ਪਾਉਣ ਨੂੰ ਕੁਝ ਨਹੀਂ ਹੈ ਅਤੇ ਇੱਧਰ ਆ ਜਾ ਪਰ ਮਾਲਕ ਨੇ ਮੇਰੇ ਸੀਗਾ ਇਹ ਪਹਿਲਾਂ ਤੋਂ ਹੀ ਸੋਚ ਸੀਗੀ ਬਚਪਨ ਤੋਂ ਮੈਂ ਹੁਣ ਨਹੀਂ ਗਾਉਣ ਲੱਗਿਆ ਜਦੋਂ ਮੈਂ 10-12 ਸਾਲ ਦਾ ਮੇਰੇ ਕੋਲ ਅਜੇ ਵੀ ਉਹ ਯਾਦਾਂ ਪਈਆਂ ਨੇ ਵਿਆਹ 'ਚ ਹੋਣਾ ਅਤੇ ਉੱਥੇ ਮੈਂ ਆਨੰਦ ਕਾਰਜਾਂ ਤੋਂ ਬਾਅਦ ਕਹਿਣਾ ਯਾਰ ਮੈਨੂੰ ਕਵਿਤਾ ਗਾ ਲੈਣ ਦੇ ਜੋ ਮੇਰੀ ਗਾਇਕੀ ਦਾ ਸੱਚ ਹੈ ਮੈਂ ਉਦੋਂ ਤੋਂ ਗਾ ਰਿਹਾ ਸੋ ਹੁਣ ਵਧੀਆ ਪੜ੍ਹ ਲਿਖ ਗਏ ਔਰ ਮਾਲਕ ਦੀ ਦਇਆ ਨਾਲ ਠੀਕ ਹੈ ਰੋਜ਼ੀ ਰੋਟੀ ਵਧੀਆ ਚੱਲ ਰਹੀ ਔਰ ਇਹ ਚੀਜ਼ ਨੂੰ ਆਪਾਂ ਥੋਪ ਨਹੀਂ ਸਕਦੇ ਔਰ ਮੈਨੂੰ ਗੋਡ ਗਿਫਟ ਸੀ ਅੱਗੇ ਹਾਂ ਲੱਗਿਆ ਬੇਟੇ ਨੂੰ ਕਿ ਉਹਦੀ ਆਵਾਜ਼ ਹੈ ਤਾਂ ਉਹ ਵੀ ਬਾਪੂ ਵਾਲੇ ਕਦਮ ਹਾਂ ਬਿਲਕੁਲ ਚੰਗਾ ਸੁਣਾਉਣ ਲਈ ਜੇ ਮਾਲਕ ਨੇ ਹੈ ਨਾ ਗੋਡ ਗਿਫਟ ਆ ਇਹ ਧੱਕਾ ਨਹੀਂ ਤੇ ਬਿਲਕੁਲ ਉਹਨਾਂ ਲਈ ਹਰ ਤਰੀਕੇ ਦੇ ਨਾਲ ਤੇ ਅੱਜ ਕਿੰਨਾ ਕੁ ਸਮਾਂ ਰਿਆਜ਼ ਕਰਦੇ ਹੋ ਜਿੱਦਾਂ ਕਈ ਤਾਂ ਮੈਂ ਗਾਇਕ ਇਹੋ ਜਿਹੇ ਵੇਖੇ ਨੇ ਜਿਹੜੇ ਕਹਿੰਦੇ ਜੀ ਵੀ ਹਾਲੇ ਤਾਂ ਪ੍ਰੋਗਰਾਮ ਹੀ ਮਿਲ ਰਹੇ ਨੇ ਰਿਆਜ਼ ਦਾ ਸਮਾਂ ਨਹੀਂ ਹਾਲੇ ਤਾਂ ਸਿੱਖਾਂਗੇ ਜਦੋਂ ਕਿਤੇ ਵਿਹਲ ਹੋਈ ਉਦੋਂ ਤੇ ਤੁਸੀਂ ਹਰ ਰੋਜ਼ ਕਿੰਨਾ ਤੁਹਾਨੂੰ ਗਾਉਣਾ ਹੁੰਦਾ ਇੱਕ ਤਾਂ ਮੈਨੂੰ ਇਹ ਗੱਲ ਚੰਗੀ ਲੱਗੀ ਵਧੀਆ ਲੱਗੀ ਇੱਕ ਤੁਹਾਡੀ ਆਵਾਜ਼ ਦਾ ਜੋ ਪਰਮਾਤਮਾ ਨੇ ਗੁਣ ਬਖਸ਼ਿਆ ਨਾ ਉਹ ਸਿੱਧੀ ਦਿਲ ਤੇ ਚੋਟ ਕਰਦੀ ਹੈ ਅੰਦਰ ਤੱਕ ਧੁਰ ਅੰਦਰ ਤੱਕ ਹੋ ਜਾਂਦੀ ਹੈ ਸੋ ਇਹ ਕਿੰਨਾ ਕੁ ਰਿਆਜ਼ ਕੀਤਾ ਕਿ ਇਹੋ ਜਿਹੀ ਆਵਾਜ਼ ਸੱਚ ਦੱਸਣਾ ਚਾਹੀਦਾ ਜੀ ਬਿਲਕੁਲ ਸੱਚ ਤੈਨਾ ਸਾਹਿਬ ਮੇਰੀ ਜ਼ਿੰਦਗੀ ਦਾ ਸੱਚ ਇਹ ਆ ਕਿ ਮੈਂ ਲੱਗਿਆ ਹੋਇਆ ਇਸ ਦੌੜ 'ਚ 2002 ਤੋਂ ਜੀ ਜੇ ਕਹੀਏ ਵੀ ਸਪੈਸ਼ਲ ਪਹਿਲਾਂ ਮੈਂ ਜ਼ਰੂਰ ਮਿਹਨਤ ਕੀਤੀ ਹੈ ਸਵੇਰੇ ਉੱਠ ਕੇ ਹਰ ਇੱਕ ਨੂੰ ਪਤਾ ਹੈ ਸਾਹ ਦਾ ਜਿਹਨੇ ਗਲਾ ਪਕਾਉਣਾ ਹੁੰਦਾ ਹੁਣ ਮੇਰੀ ਜ਼ਿੰਦਗੀ ਦਾ ਸੱਚ ਇਹ ਆ ਸ਼ਾਇਦ ਇਹ ਮੇਰੇ ਹਿੱਸੇ ਆਇਆ ਮੈਂ ਇੱਕ ਦਿਨ ਦੇ ਟਹਿਣਾ ਸਾਹਿਬ 6-6 ਪ੍ਰੋਗਰਾਮ ਵੀ ਅਟੈਂਡ ਕੀਤੇ ਜਿਨ੍ਹਾਂ 'ਚ ਮੈਂ ਘੰਟਾ ਘੰਟਾ ਭਾਵੇਂ ਡੇਢ ਡੇਢ ਘੰਟਾ ਗਾਏ ਇੱਕ ਦਿਨ 'ਚ 11-12 ਘੰਟੇ ਗਾਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਉਹ ਜਿਸ ਲਾਈਨ 'ਚ ਆਪਾਂ ਲੱਗੇ ਹੁਣ ਦਾ ਸੱਚ ਇਹ ਹੈ ਕਿ ਪ੍ਰੋਗਰਾਮਾਂ ਦਾ ਸਕੈਚਲ ਉੱਦਾਂ ਦਾ ਹੁੰਦਾ ਤੁਸੀਂ ਫਰੀਦਕੋਟ ਚੱਲ ਗਏ ਅਤੇ ਤੁਸੀਂ 2-3 ਵਜੇ ਆਏ ਸਵੇਰੇ ਉੱਠ ਕੇ ਤੁਸੀਂ ਫਿਰ ਕਿਤੇ ਜਾਣਾ ਸੋ ਨਹੀਂ ਉਹ ਇੱਕ ਸਟੇਜ ਹੀ ਰਿਆਜ਼ ਬਣ ਚੁੱਕਿਆ ਹਾਂ ਇਹ ਕਈ ਵਾਰ ਹੁੰਦਾ ਹੈ ਜੇ ਮੈਨੂੰ 15 ਦਿਨ ਪ੍ਰੋਗਰਾਮ ਨਹੀਂ ਹੈ 15 ਦਿਨ ਤੋਂ ਬਾਅਦ ਮੈਂ ਸਟੇਜ 'ਤੇ ਮੈਨੂੰ 2-2.5 ਘੰਟੇ ਫਿਰ ਇਹ ਕਹਿੰਦਾ ਬਈ ਤਕਲੀਫ 'ਚ ਹੈ ਮੈਂ ਅਤੇ ਹੁਣ ਜਦੋਂ ਸਟੈਪ ਬਾਈ ਸਟੈਪ ਤੁਹਾਨੂੰ ਪਤਾ ਮਹੀਨੇ ਦੇ ਤੁਹਾਡੇ ਕੋਲ 10-15 ਪ੍ਰੋਗਰਾਮ ਹੈਗੇ ਨੇ ਉਹ ਐਕਚੁਅਲੀ ਰਿਹਰਸਲ ਹੋਈ ਜਾਂਦੀ ਸਭ ਤੋਂ ਬੜਾ ਰਿਆਜ਼ ਆਪਣੀ ਫਰਮਾਇਸ਼ ਵੀ ਰੱਖੋ ਹਾਂ ਉਹ ਹੀ ਮੈਂ ਆ ਹੀ ਰਹੀ ਸੀ ਉਸ ਗੱਲ ਤੇ ਵੀ ਬੋਲੀਆਂ ਰਹਿ ਗਈਆਂ ਮੇਰੀਆਂ ਜਦੋਂ ਪ੍ਰੋਗਰਾਮ ਸਮਾਪਤ ਹੋ ਜਾਂਦਾ ਫਿਰ ਕਹਿਣਗੇ ਭੈਣ ਸਰ ਇੱਕ ਗਾਣਾ ਮੈਂ ਸੁਣਨਾ ਸੀ ਉਹ ਰਹਿ ਗਿਆ
ਮੇਰੀਆਂ ਬੋਲੀਆਂ ਰਹਿ ਗਈਆਂ ਕਿਉਂਕਿ ਹੁਣ ਵੈਸੇ ਵੀ ਇਹ ਜਿਹੜਾ ਅੱਗੇ ਸਮਾਂ ਆ ਰਿਹਾ ਵਿਆਹਾਂ ਵਾਲਾ ਮਾਹੌਲ ਹੈ ਤੇ ਵਿਆਹ ਹੁਣ ਤਾਂ ਪੰਜਾਬ ਦੇ ਵਿੱਚ ਵਾਹਵਾ ਹਰ ਪਾਸੇ ਤੁਸੀਂ ਵੇਖਿਓ ਵੀ ਸੜਕਾਂ ਤੋਂ ਨਿਕਲੋਗੇ ਨਾ ਤਾਂ ਬੈਂਡ ਬਾਜੇ ਵਾਲੇ ਕੋਈ ਹੈ ਨਾ ਸਜਾਵਟ ਵਾਲੇ ਕੋਈ ਗੱਡੀ ਡੋਲੀ ਵਾਲੀ ਜਿਹੜੀ ਉਹ ਜਾਂਦੀ ਹੈ ਆਮ ਹੀ ਦਿਖਣ ਲੱਗ ਪੈਣੀਆਂ ਸੋ ਬੋਲੀਆਂ ਦੋ ਬੋਲੀਆਂ ਤੋਂ ਪਹਿਲਾਂ ਮੈਂ ਟਹਿਣਾ ਸਾਹਿਬ ਮੇਰੀ ਗੁਜ਼ਾਰਿਸ਼ ਹੈ ਕਿ ਮੇਰੇ ਦਿਲ ਦੇ ਬਹੁਤ ਨੇੜੇ ਗੀਤ ਆ ਪਿੱਛੇ ਰਿਲੀਜ਼ ਕੀਤਾ ਸੀ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਸਾਂਝਾ ਉਹ ਸੱਚ ਹੈ ਅੱਜ ਦਾ ਹੈ ਨਾ ਝੂਠ ਫਰੇਬ ਤੇ ਬੇਈਮਾਨੀ ਹੁਣ ਦੁਨੀਆ ਤੇ ਸ਼ਰੇਆਮ ਹੋ ਗਏ ਦੋ ਦੋ ਚਿਹਰੇ ਹਰ ਬੰਦੇ ਦੇ ਸੱਜਣਾ ਅੱਜ ਕੱਲ੍ਹ ਆਮ ਹੋ ਗਏ ਦੋ ਦੋ ਚਿਹਰੇ ਹਰ ਬੰਦੇ ਦੇ ਸੱਜਣਾ ਅੱਜ ਕੱਲ੍ਹ ਆਮ ਹੋ ਗਏ ਐਸੇ ਵੀ ਕਈ ਯਾਰ ਹੁੰਦੇ ਨੇ ਔਖੇ ਵੇਲੇ ਖੜਦੇ ਨਹੀਂ ਥੋੜ੍ਹੀ ਜਿਹੀ ਹੀ ਵੇਖ ਤਰੱਕੀ ਅੰਦਰੋਂ ਅੰਦਰੀ ਜਰਦੇ ਨਹੀਂ ਸੋਚਣ ਬਸ ਗੱਲ ਇਹੀ ਪੰਮਿਆਂ ਓਏ ਤੇਰੇ ਕਿੱਦਾਂ ਨਾਮ ਹੋ ਗਏ ਦੋ ਦੋ ਚਿਹਰੇ ਹਰ ਬੰਦੇ ਦੇ ਸੱਜਣਾ ਅੱਜ ਕੱਲ ਆਮ ਹੋ ਗਏ ਸਭ ਕੁਝ ਇੱਥੇ ਸਭ ਕੁਝ ਇੱਥੇ ਰਹਿ ਜਾਣਾ ਏ ਫਿਰ ਵੀ ਦੌੜਾਂ ਲੱਗੀਆਂ ਨੇ ਓਏ ਰੱਬ ਦਾ ਵੀ ਕਈ ਡਰ ਨਹੀਂ ਮੰਨਦੇ ਥਾਂ ਥਾਂ ਮਾਰਨ ਠੱਗੀਆਂ ਨੇ ਢਿੱਲੋਂ ਤੂੰ ਨਾ ਜਾਣੇ ਕੁਝ ਵੀ ਬਿਜਨਸ ਹੁਣ ਗੁਰੂ ਧਾਮ ਹੋ ਗਏ ਦੋ ਦੋ ਚਿਹਰੇ ਹਰ ਬੰਦੇ ਦੇ ਸੱਜਣਾ ਅੱਜ ਕੱਲ ਆਮ ਹੋ ਗਿਆ ਹਾਲੇ ਵੀ ਵੇਲਾ ਸਾਨੂੰ ਸਮਝ ਲੈਣਾ ਚਾਹੀਦਾ ਹਾਲੇ ਵੀ ਸਮਾਂ ਸਾਨੂੰ ਇਹ ਜ਼ਿਹਨ ਦੇ ਵਿੱਚ ਉਤਾਰ ਲੈਣੀਆਂ ਚਾਹੀਦੀਆਂ ਨੇ ਗੱਲਾਂ ਸ਼ਾਇਦ ਸਾਡਾ ਭਵਿੱਖ ਸੁਧਰ ਜੇ ਸ਼ਾਇਦ ਸਾਡੀ ਪੀੜ੍ਹੀ ਸੁਧਰ ਜੇ ਸ਼ਾਇਦ ਸਾਡਾ ਪੰਜਾਬ ਬਚ ਜਾਵੇ ਸੋ ਆਪਾਂ ਹੁਣ ਬੋਲੀਆਂ ਤੇ ਆਉਂਦੇ ਹਾਂ ਫਰਮਾਇਸ਼ ਉਹ ਬੋਲੀਆਂ ਸੀਗੀਆਂ ਜਿਸ ਤਰ੍ਹਾਂ ਕੋਈ ਭੈਣ ਹੈ ਨਾ ਪਿੰਡੋਂ ਵਿਆਹ ਤੀ ਉਦੋਂ ਸੀਗੀਆਂ ਟਹਿਣਾ ਸਾਹਿਬ ਜਿਹਨੂੰ ਆਪਾਂ ਅਰੇਂਜ ਮੈਰਿਜ ਕਹਿੰਦੇ ਮਾਪਿਆਂ ਨੇ ਜਿੱਥੇ ਧੀਜਾ ਪੁੱਤ ਨੂੰ ਮੰਗਤਾ ਮੁਕਰਰ ਹੁਣ ਜਿਹਨੂੰ ਆਪਾਂ ਲਵ ਮੈਰਿਜ ਕਹਿੰਦੇ ਆਪ ਡਿਸੀਜਨ ਜਵਾਕ ਲੈਣ ਉਦੋਂ ਫਿਰ ਉਹ ਜਦੋਂ ਬੋਲੀਆਂ ਪੈਣੀਆਂ ਜਿਹੜੀ ਭੈਣ ਨੂੰ ਸੱਸ ਦਾ ਸੁਭਾਅ ਕੱਬਾ ਮਿਲਣਾ ਜਾਂ ਜਿਹਨੂੰ ਸਹੁਰਿਆਂ ਨੇ ਸੋਨਾ ਘੱਟ ਪਾਇਆ ਹੋਣਾ ਉਹ ਬੋਲੀਆਂ ਰਾਹੀਂ ਦੁੱਖੜਾ ਫੋਲਣਾ ਅੱਜ ਦਾ ਸੱਚ ਹੈ 80% ਬੰਦੇ ਸਟ੍ਰੈਸ ਹੈ ਦਿਮਾਗ 'ਤੇ ਗੱਲ ਕਿਸੇ ਨਾਲ ਫੋਲ ਨਹੀਂ ਸਕਦੇ ਉਹ ਭਾਵੇਂ ਆਪਾਂ ਕਹਿ ਲਈਏ ਹੁਣ ਹਾਰਟ ਅਟੈਕ ਦੀ ਬਿਮਾਰੀ ਚੱਲ ਗਈ ਬੀਬੀਆਂ ਚੁਗਲੀ ਜੇ ਆਲੇ ਦੁਆਲੇ ਗੁਆਂਢਣ ਨਾਲ ਨਹੀਂ ਬਣਦੀ ਤਾਂ ਘੱਟ ਤੋਂ ਘੱਟ ਪੇਕੀ ਤਾਂ ਫੋਨ ਲਾ ਕੇ ਕਰ ਲੈਣੀਆਂ ਉਹ ਜ਼ਰੀਆ ਸੀ ਇੱਕ ਆਪਣਾ ਹਾਵ ਭਾਵ ਫੋਲਣ ਦਾ ਸੋ ਉੱਥੇ ਬੋਲੀਆਂ ਰਾਹੀਂ ਉਹ ਜਿਹੜੀ ਭੈਣ ਨੂੰ ਸੋਨਾ ਘੱਟ ਪਾਇਆ ਹੁਣ ਉਹਨੇ ਕਹਿ ਦੇਣਾ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀ ਤੇ ਉਹਦੇ ਬਾਪ ਦਾ ਨੀ ਅੰਦਰ ਵੜਦਾ ਕਟਾਰ ਵਾਂਗੂ ਝਾਕਦਾ ਨੀ ਅੰਦਰ ਵੜਦਾ ਕਟਾਰ ਵਾਂਗੂ ਝਾਕਦਾ ਨੀ ਸੋ ਜਿਹੜੀ ਭੈਣ ਨੂੰ ਘਰ ਵਾਲਾ ਭਾਰਾ ਮਿਲ ਜਾਣਾ ਹੈ ਨਾ ਉਹਨੇ ਵੀ ਆਪਣਾ ਦੁੱਖੜਾ ਫੋਲਣਾ ਹੋਰਨਾਂ ਦੇ ਮਾਈਏ ਲੰਮ ਸਲੰਮੇ ਹੋਰਨਾਂ ਦੇ ਮਾਈਏ ਲੰਮ ਸਲੰਮੇ ਮੇਰਾ ਮਾਹੀ ਕੱਦੂ ਕੁੜੇ ਨੀ ਜਿਵੇਂ ਮੋਤੀ ਚੂਰਦਾ ਲੱਡੂ ਕੁੜੇ ਜਿਵੇਂ ਮੋਤੀ ਚੂਰਦਾ ਲੱਡੂ ਕੁੜੇ ਸੋ ਜਿਹੜੀ ਭੈਣ ਨੂੰ ਘਰ ਵਾਲਾ ਬਾਲੀ ਦਾਰੂ ਪੀਣ ਵਾਲਾ ਉਹਨੇ ਵੀ ਦੁੱਖੜਾ ਫੋਲਣਾ ਮੱਝ ਵੇਚਤੀ ਗਾਂ ਵੇਚਤੀ ਨਾਲੇ ਵੇਚਤੀ ਕੱਟੀ ਤੂੰ ਮੱਝ ਵੇਚਤੀ ਗਾਂ ਵੇਚਤੀ ਨਾਲੇ ਵੇਚਤੀ ਕੱਟੀ ਪੱਟੀ ਵੇ ਦਾਰੂ ਪੀਣਿਆ ਤੇਰੀ ਦਾਰੂ ਨੇ ਪੱਟੀ ਪੱਟੀ ਵੇ ਦਾਰੂ ਪੀਣਿਆ ਤੇਰੀ ਦਾਰੂ ਨੇ ਪੱਟੀ ਸੋ ਬੀਬੀਆਂ ਨੇ ਫਿਰ ਅਖੀਰੀ ਬੋਲੀ ਪਾਣੀ ਨਾਲੇ ਮਹਾਰਾਜ ਦਾ ਸ਼ੁਕਰੀਆ ਦੀਆਂ ਸ਼ੁਕਰੀਆ ਅਦਾ ਕਰਨਾ ਨਾਲੇ ਕਹਿਣਾ ਕਾਰਜ ਸੰਪੰਨ ਹੋ ਚੱਲਿਆ ਹੈ ਨਾ ਆਈ ਬਾਬਾ ਨਾਨਕਾ ਵੇ ਜਾਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਕਲਾਕਾਰ ਸਟੇਜ ਦੇ ਉੱਤੇ ਮੰਚ ਦੇ ਉੱਤੇ ਗਾਉਂਦਾ ਵਿਆਹ ਦੇ ਵਿੱਚ ਤੇ ਫਿਰ ਉਹ ਅਖੀਰ ਦੇ ਉੱਤੇ ਬੋਲੀਆਂ ਹੀ ਪੇਸ਼ ਕਰਦਾ ਹੁੰਦਾ ਗਾਣੇ ਗਾ ਕੇ ਬੋਲੀਆਂ ਪਾਈਆਂ ਸਾਰਿਆਂ ਨੂੰ ਨਚਾਇਆ ਤੇ ਫਤਿਹ ਬੁਲਾ ਕੇ ਤੇ ਆਪਣੀ ਗੱਡੀ 'ਚ ਬਹਿ ਜਾਣਾ ਜਿੱਦਾਂ ਹੁੰਦਾ ਬਾਈ ਜੀ ਤੇ ਆਪਾਂ ਵੀ ਹੁਣ ਫਤਿਹ ਬੁਲਾਉਣੀ ਹੈ ਬੋਲੀਆਂ ਪੈ ਹਟ ਗਿਆ ਉਸ ਤੋਂ ਪਹਿਲਾਂ ਆਪਣਾ ਪਸੰਦੀਦਾ ਸਵਾਲ ਪੁੱਛਣਾ ਉਹ ਸਵਾਲ ਸਾਡਾ ਇਹ ਹੈ ਜੀ ਕਿ ਚੱਜ ਦਾ ਵਿਚਾਰ ਚਾ ਜਾ ਕੇ ਤੁਹਾਨੂੰ ਕਿਵੇਂ ਦਾ ਲੱਗਿਆ
ਟਹਿਣਾ ਸਾਹਿਬ ਹਰਮਨ ਜੀ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ। ਜਿਸ ਤਰ੍ਹਾਂ ਪਹਿਲੇ ਦਿਨ ਤੁਹਾਡਾ ਫੋਨ ਆਇਆ ਅਤੇ ਮੈਨੂੰ ਐਂ ਲੱਗਿਆ ਟਹਿਣਾ ਸਾਹਿਬ ਨੂੰ ਕਿਤੇ ਗਲਤੀ ਤਾਂ ਨਹੀਂ ਲੱਗੀ, ਅਸੀਂ ਤਾਂ ਛੋਟੇ ਜਿਹੇ ਕਲਾਕਾਰ ਉੱਥੇ ਤੱਕ ਕਿ ਬਹੁਤ ਵੱਡੇ ਫਨਕਾਰ, ਜੋ ਸੱਚ ਹੈ ਟਹਿਣਾ ਸਾਹਿਬ, ਕਿਉਂਕਿ ਬਹੁਤ ਵੱਡੀ ਰੀਚ ਹੈ ਤੁਹਾਡੇ ਪੇਜ ਦੀ, ਹੈ ਨਾ, ਪ੍ਰਾਈਮ ਟੀ ਵੀ ਏਸ਼ੀਆ ਦੀ। ਸੋ ਮੈਨੂੰ ਉਸ ਦਿਨ ਬੜਾ ਮਾਣ ਫਖਰ ਆਪਣੇ ਆਪ 'ਤੇ ਵੀ ਮਹਿਸੂਸ ਹੋਇਆ, ਨਹੀਂ ਚੰਗਾ ਸੁਣਨ ਵਾਲੇ, ਚੰਗੇ ਬੋਲਾਂ ਨੂੰ, ਚੰਗੇ ਗੀਤਾਂ ਨੂੰ ਪ੍ਰਮੋਟ ਕਰਨ ਵਾਲੇ ਅਜੇ ਭਰਾ ਬੈਠੇ ਨੇ, ਹੈ ਨਾ। ਸੋ ਮੈਂ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਟਹਿਣਾ ਸਾਹਿਬ ਦਾ, ਹਰਮਨ ਜੀ ਅਤੇ ਤੁਹਾਡੇ ਪ੍ਰਾਈਮ ਟੀ ਵੀ ਏਸ਼ੀਆ ਦਾ, ਜਿਨ੍ਹਾਂ ਨੇ ਮੇਰੇ ਵਰਗੇ ਨਾ ਚੀਜ਼ ਦੇ ਬੋਲਾਂ ਨੂੰ ਪੰਜਾਬੀ ਸਰੋਤਿਆਂ ਤੱਕ ਪਹੁੰਚਾਉਣਾ, ਹੈ ਨਾ। ਬਹੁਤ ਗਲਤੀਆਂ ਗੁਸਤਾਖੀਆਂ ਕਿਸੇ ਨੂੰ ਲੱਗਿਆ ਹੋਵੇ ਕਿ ਮੁੰਡਾ ਓਵਰ ਬੋਲ ਗਿਆ, ਸੋ ਉਹਦੇ ਲਈ ਦਿਲੋਂ ਹੱਥ ਜੋੜ ਕੇ ਮਾਫ਼ੀ, ਜਿਉਂਦੇ ਰਹੇ ਤੇ ਫਿਰ ਮਿਲਣ ਦੀ ਆਸ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤੁਸੀਂ ਬਹੁਤ ਸੋਹਣਾ ਗਾਉਂਦੇ ਹੋ, ਬੜੀ ਸੁਲੱਖਣੀ ਸੋਚ ਦੇ ਧਾਰਨੀ ਹੋ, ਹਾਲੇ ਤੱਕ ਭਵਿੱਖ ਦੇ ਵਿੱਚ ਵੀ ਇਸੇ ਰਾਹ ਦੇ ਉੱਤੇ ਤੁਰਦੇ ਰਹੋ, ਤੇ ਜਿੱਥੇ ਵੀ ਕਦੇ ਤਿਲ ਫੁੱਲ ਲੋੜ ਪੈਂਦੀ ਹੈ ਸਾਡੇ ਸਹਿਯੋਗ ਦੀ, ਪ੍ਰਾਈਮ ਏਸ਼ੀਆ ਟੀਵੀ ਤੁਹਾਡੇ ਨਾਲ ਆ, ਅਸੀਂ ਜੀ ਤੁਹਾਡੇ ਨਾਲ। ਤੁਸੀਂ ਜਦੋਂ ਵੀ ਕੋਈ ਨਵਾਂ ਉਦਮ ਕਰੋ ਤੇ ਇੱਥੇ ਜ਼ਰੂਰ ਆਇਆ ਕਰੋ, ਅਸੀਂ ਤੁਹਾਨੂੰ ਜੀ ਆਇਆਂ ਨੂੰ ਉਦੋਂ ਵੀ ਇਉਂ ਹੀ ਆਖਾਂਗੇ ਜਿਵੇਂ ਅੱਜ ਆਖੀ ਹੈ ਜੀ। ਤੇ ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ, ਜਿੰਨਾ ਚੰਗਾ ਤੁਸੀਂ ਗਾਉਂਦੇ ਹੋ, ਇਹ ਗੀਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜ਼ਰੂਰ ਸੁਣਨ, ਜ਼ਰੂਰ ਮਾਨਣ ਤੇ ਜ਼ਰੂਰ ਚੰਗੇ ਵਿਚਾਰ ਆਪਣੇ ਜ਼ਿਹਨ ਦੇ ਵਿੱਚੋਂ ਲੈਣ। ਸੋ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਸਮੇਟਣਾ ਪਏਗਾ, ਆਪਣੀ ਪ੍ਰਤੀਕਿਰਿਆ ਸਾਡੇ ਤੇ ਜ਼ਰੂਰ ਪਹੁੰਚਾਇਓ। ਦੁਬਾਰਾ ਜਦੋਂ ਕਿਤੇ ਮੌਕਾ ਮਿਲਿਆ ਤੇ ਫਿਰ ਤੋਂ ਪੰਮਾ ਬਾਈ ਨੂੰ ਅਸੀਂ ਕਸ਼ਟ ਦੇਵਾਂਗੇ ਤੇ ਇੱਥੇ ਸੱਦਾ ਪੱਤਰ ਭੇਜਾਂਗੇ। ਸੋ ਫਿਲਹਾਲ ਦੇ ਲਈ ਅਸੀਂ ਚੱਲਦੇ ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਜੱਜ ਦਾ ਵਿਚਾਰ।